अगर यह त्यौहार सिर्फ पंजाब का है, पंजाब के लोग लोहड़ी मनाते हैं अपनी फसलों की खुशियां ने करके, ठीक है, यानी कि बाकी जेडे जो लोग ने वो इस करके मनाते हैं कि सूरी जी गति है वो जी हम संक्रांत के करके सूरज की गति जी चेंज हो रही है। पर जेड़े सिख पंजाब तो बाहर रह रहे हैं, कश्मीर के रह रहे हैं, असाम के रह रहे हैं, मध्य भारत के रह रहे हैं, नॉर्थ इंडिया के रह रहे हैं, वो किस गल तो जी लोहड़ी लोहड़ी है वह मना रहे हैं। वैसे भी आप बहुत सारे जो भार है अपने पंथ की चोली में पा दिते हैं, कोई यहोजे त्यौहार अपनी पंथ की चोली में पा दिते हैं जिहड़े त्यौहारों की सानू लोड़ नहीं है, जिहड़े त्यौहार साढ़े नहीं हैं। आप उस अकाल के पुजारी हाँ, आप होर किसी के पुजारी नहीं। साडा सिर्फ धर्म, साडा धर्म नाम जपना है, साडा साडा श्रेष्ठ धर्म ही नाम जपना है। सानू उस अकाल पुरख के नाम के भाणे के ही रहना है, उस नाम के भाणे के रह के ही अपना आप हर एक दुनियावी काम नू करना है। दिवस मूरत भले जिस को नदर करे, नानक मंगै दर्श दान कृपा करो हरे। वाहिगुरु जी का खालसा वाहिगुरु जी की फतेह। अज असी आप जी दे नाल एक वीडियो लैके आए हाँ, जिस विच असी एक खास त्यौहार ते कुछ गलबात करांगे, जिस विच मेरा साथ सरदार जयदीप सिंह जी देंगे जी। सो जयदीप सिंह जी, वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। बहुत बहुत धन्यवाद कमल नैन वीर जी, तुहाडा भी बहुत बहुत स्वागत है अज की डिस्कशन दे विच, जिथे आपां एक इहो जे त्यौहार के बारे गल करन लगे हाँ जिहदा सिखां दे नाल ते कोई संबंध नहीं, पर पिछले लंबे कुछ सालां तों, पिछले कुछ लंबे समय तों ਆਪਾਂ ਇਸ ਬੋਝ ਨੂੰ ਆਪਣੇ ਆਪਣੇ ਪੰਥ ਦੇ ਕੰਧਿਆਂ ਚ ਜਿਹੜਾ ਢੋਈ ਫਿਰਦੇ ਹਾਂ। ਤੇ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਆਪਾਂ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਹਰ ਇੱਕ ਚੀਜ਼ ਨੂੰ ਤੋਲਣਾ ਹੈ, ਆਪਾਂ ਵੇਖਣਾ ਹੈ ਕਿ ਗੁਰਬਾਣੀ ਦੇ ਅਨੁਕੂਲ ਇਹ ਜਿਹੜੀ ਚੀਜ਼ ਹੈ ਇਹ ਕੋਈ ਇਤਿਹਾਸਕ ਤੱਤ ਹੋਵੇ ਜਾਂ ਫਿਰ ਕੋਈ ਵੀ ਫਿਲੋਸਫੀ ਹੋਵੇ, ਉਹਨੂੰ ਆਪਾਂ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਹੀ ਤੋਲਣਾ ਹੈ। ਪਰ ਜਦੋਂ ਆਪਾਂ ਲੋਹੜੀ ਦੇ ਇਸ ਸੰਬੰਧ ਦੀ ਗੱਲ ਕਰਦੇ ਹਾਂ, ਲੋਹੜੀ ਦੇ ਇਸ ਤਿਉਹਾਰ ਦੀ ਗੱਲ ਕਰਦੇ ਹਾਂ, ਤੇ ਕਿਤੇ ਨਾ ਕਿਤੇ ਆਪਾਂ ਬਿਲਕੁਲ ਵੀ ਸ਼ਾਇਦ ਉਸ ਕਸਵੱਟੀ ਨੂੰ ਭੁੱਲ ਜਾਂਦੇ ਹਾਂ ਕਿ ਆਪਾਂ ਇਸ ਕਸਵੱਟੀ ਤੇ ਬਹਿ ਕੇ ਗੁਰਬਾਣੀ ਦੀ ਇੱਕ ਕਸਵੱਟੀ ਨੂੰ ਵੇਖ ਕੇ ਇਸ ਲੋਹੜੀ ਦੇ ਤਿਉਹਾਰ ਨੂੰ ਜਾਂ ਹੋਰ ਕਈ ਤਿਉਹਾਰ ਜਿਹੜੇ ਆਪਾਂ ਆਪਣੇ ਪੰਥ ਦੀ ਝੋਲੀ ਇੱਦਾਂ ਹੀ ਪਾ ਦਿੱਤੇ ਨੇ ਜਿਹਦਾ ਕੋਈ ਮਹੱਤਵ ਨਹੀਂ, ਜਿੱਦਾਂ ਕਿ ਕੋਈ ਸਿਗਨੀਫਿਕੈਂਸ ਸਾਡੀ ਕੌਮ ਦੇ ਵਾਸਤੇ ਨਹੀਂ, ਆਪਾਂ ਉਹਦੇ ਬਾਰੇ ਅੱਜ ਇਸ ਟੌਪਿਕ ਦੇ ਉੱਤੇ ਅੱਜ ਆਪਾਂ ਉਹਦੇ ਬਾਰੇ ਡਿਸਕਸ਼ਨ ਦੇ ਵਿੱਚ ਗੱਲ ਕਰਾਂਗੇ। ਤੇ ਮੈਂ ਨਾਲ ਹੀ ਕਹਿ ਦਿਆਂ ਕਿ ਜੋ ਵੀ ਅਸੀਂ ਅੱਜ ਗੱਲਬਾਤ ਕਰਾਂਗੇ, ਡਿਸਕਸ਼ਨ ਕਰਾਂਗੇ, ਤੇ ਕੇਵਲ ਗੁਰਮਤਿ ਸਿਧਾਂਤਾਂ ਦੇ ਨਜ਼ਰੀਏ ਨਾਲ ਕਰਾਂਗੇ, ਤੇ ਵੇਖਾਂਗੇ ਕਿ ਸਿੱਖ ਧਰਮ ਵਿੱਚ ਕਿਤੇ ਇਤਿਹਾਸਕ ਪਿਛੋਕੜ ਜਾਂ ਗੁਰਮਤਿ ਦੇ ਨਜ਼ਰੀਏ ਨਾਲ ਜੋ ਇਹ ਤਿਉਹਾਰ ਹੈ ਸਾਡੇ ਲਈ ਮਨਾਉਣਾ ਸ਼ੋਭਨੀਕ ਹੈ ਕਿ ਨਹੀਂ। ਤੇ ਮੈਂ ਇਹ ਵੀ ਦੱਸ ਦਿਆਂ ਕਿ ਜਿਹੜੇ ਵੀ ਧਰਮ ਇਸ ਤਿਉਹਾਰ ਨੂੰ ਮਨਾਉਂਦੇ ਨੇ ਉਹ ਖੁਸ਼ੀ ਨਾਲ ਮਨਾਉਣ, ਲੇਕਿਨ ਅਸੀਂ ਜੋ ਵੀ ਅਸੀਂ ਅੱਜ ਇੱਥੇ ਗੱਲਬਾਤ ਕਰਾਂਗੇ ਸਿੱਖ ਧਰਮ ਨਾਲ ਤੇ ਗੁਰਮਤਿ ਦੇ ਸਿਧਾਂਤਾਂ ਦੇ ਹਿਸਾਬ ਦੇ ਨਾਲ ਕਰਾਂਗੇ। ਹਾਂਜੀ ਵੀਰ ਜੀ। ਜੀ ਬਿਲਕੁਲ, ਕਮਲ ਨੈਨ ਵੀਰ ਜੀ ਨੇ ਜਿਹੜਾ ਤੁਹਾਡੇ ਨਾਲ ਹੁਣੇ ਸਾਂਝਾ ਕੀਤਾ ਹੈ ਕਿ ਗੁਰਮਤ ਰਵਾਇਤਾਂ ਦੇ ਹਿਸਾਬ ਨਾਲ ਤੇ ਗੁਰਮਤ ਦੀ ਕਸਵੱਟੀ ਦੇ ਉੱਤੇ ਤੋਲ ਕੇ ਇਸ ਚੀਜ਼ ਨੂੰ ਵੇਖਾਂਗੇ ਕਿ ਜਿਹੜਾ ਇਹ ਤਿਉਹਾਰ ਹੈ ਇਹ ਆਪਾਂ ਸਿੱਖਾਂ ਨੂੰ ਮਨਾਉਣਾ ਚਾਹੀਦਾ ਹੈ ਕਿ ਨਹੀਂ ਮਨਾਉਣਾ ਚਾਹੀਦਾ, ਕਿਉਂਕਿ ਇੱਕ ਪਾਸੇ ਤੋਂ ਆਪਾਂ ਵੇਖਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਜਿਹੜੇ ਕਰਮ ਕਾਂਡਾਂ ਤੋਂ ਬਾਹਰ ਕੱਢਿਆ ਸੀ, ਅੱਜ ਆਪਾਂ ਕਿਤੇ ਨਾ ਕਿਤੇ ਉਹਨਾਂ ਕਰਮ ਕਾਂਡਾਂ ਦੇ ਵਿੱਚ ਵਾਪਸ ਫਸਦੇ ਹੀ ਜਾ ਰਹੇ ਹਾਂ। ਪਰ ਇਹਦਾ ਇਤਿਹਾਸਕ ਪਿਛੋਕੜ ਜਾਣਨ ਤੋਂ ਪਹਿਲਾਂ, ਇਹਦਾ ਪਿਛੋਕੜ ਜਾਣਨ ਤੋਂ ਪਹਿਲਾਂ ਜਾਂ ਇਹਦੀ ਫਿਲੋਸਫੀ ਜਾਣਨ ਤੋਂ ਪਹਿਲਾਂ ਸਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਇਹ ਲੋਹੜੀ ਹੈ ਕੀ। ਲੋਹੜੀ ਸ਼ਬਦ ਜਦੋਂ ਆਪਾਂ ਮਹਾਨ ਕੋਸ਼ ਦੇ ਵਿੱਚ ਇਹਦਾ ਅਰਥ ਵੇਖਦੇ ਹਾਂ ਤੇ ਮਹਾਨ ਕੋਸ਼ ਦੇ ਵਿੱਚ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਨੂੰ ਦੱਸਦੇ ਨੇ ਕਿ ਮਾਘ ਦੀ ਸੰਕ੍ਰਾਂਤ ਜਿਹੜੀ ਪਹਿਲੀ ਰਾਤ ਹੁੰਦੀ ਹੈ ਯਾਨੀ ਕਿ ਬਹੁਤ ਹੀ ਪਿਛਲੀ ਰਾਤ, ਉਹਨੂੰ ਲੋਹੜੀ ਕਿਹਾ ਜਾਂਦਾ ਹੈ, ਯਾਨੀ ਕਿ ਬਹੁਤ ਹੀ ਆਖਰੀ ਰਾਤ। ਤੇ ਜਦੋਂ ਆਪਾਂ ਇਹਨੂੰ ਅੰਗਰੇਜ਼ੀ ਕੈਲੰਡਰ ਦੇ ਹਿਸਾਬ ਨਾਲ ਵੇਖਦੇ ਹਾਂ ਯਾਨੀ 13 ਜਨਵਰੀ, ਤੇ ਜਦੋਂ 14 ਨੂੰ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਮਾਘੀ ਦੀ ਸ਼ੁਰੂਆਤ ਹੁੰਦੀ ਹੈ, ਯਾਨੀ 13 ਜਨਵਰੀ ਜਿਹੜਾ ਦਿਨ ਜਿਹੜੀ ਰਾਤ ਹੁੰਦੀ ਹੈ ਉਹਨੂੰ ਲੋਹੜੀ ਦੀ ਰਾਤ ਕਿਹਾ ਜਾਂਦਾ ਹੈ, ਜਿਹਨੂੰ ਕਿ ਮਹਾਨ ਕੋਸ਼ ਦੇ ਵਿੱਚ ਭਾਈ ਸਾਹਿਬ ਕਾਨ ਸਿੰਘ ਨਾਭਾ ਦਰਸਾਉਂਦੇ ਨੇ। ਪਰ ਹੁਣ ਆਪਾਂ ਇੱਕ ਤੱਥ ਇੱਥੇ ਵੇਖਾਂਗੇ ਕਿ ਲੋਹੜੀ ਮਨਾਈ ਕਿਉਂ ਜਾਂਦੀ ਹੈ। ਦੇਖੋ, ਲੋਹੜੀ ਕੇਵਲ ਇਹ ਜਿਹੜਾ ਤਿਉਹਾਰ ਹੈ ਕੇਵਲ ਪੰਜਾਬ ਦੇ ਵਿੱਚ ਹੀ ਨਹੀਂ ਮਨਾਇਆ ਜਾਂਦਾ,
ਇਹ ਤਿਉਹਾਰ ਹਿੰਦੁਸਤਾਨ ਦੇ ਵੱਖ ਵੱਖ ਰਿਆਸਤਾਂ ਦੇ ਵਿੱਚ ਮਨਾਇਆ ਜਾਂਦਾ ਹੈ, ਜਿਵੇਂ ਕਿ ਆਪਾਂ ਮਹਾਰਾਸ਼ਟਰ ਦੀ ਗੱਲ ਕਰੀਏ, ਆਸਾਮ ਦੀ ਗੱਲ ਕਰੀਏ, ਆਪਾਂ ਗੁਜਰਾਤ ਦੀ ਗੱਲ ਕਰੀਏ, ਆਪਾਂ ਰਾਜਸਥਾਨ ਦੀ ਗੱਲ ਕਰੀਏ, ਤੇ ਉੱਥੇ ਇਸ ਤਿਉਹਾਰ ਦੇ ਜਿਹੜੇ ਨੇ ਉਹ ਵੱਖ ਵੱਖ ਨਾਂ ਨੇ, ਵੱਖ ਵੱਖ ਨਾਵਾਂ ਦੇ ਨਾਲ ਇਸ ਤਿਉਹਾਰ ਨੂੰ ਜਾਣਿਆ ਜਾਂਦਾ ਹੈ। ਜਿੱਦਾਂ ਪੰਜਾਬ ਦੇ ਵਿੱਚ ਇਸ ਨੂੰ ਲੋਹੜੀ ਕਿਹਾ ਜਾਂਦਾ ਹੈ, ਮਹਾਰਾਸ਼ਟਰ ਦੇ ਵਿੱਚ ਇਸ ਨੂੰ ਮਕਰ ਸੰਕ੍ਰਾਂਤੀ ਕਿਹਾ ਜਾਂਦਾ ਹੈ, ਤੇ ਜਦੋਂ ਆਪਾਂ ਗੁਜਰਾਤ ਤੇ ਰਾਜਸਥਾਨ ਵੱਲ ਨੂੰ ਆ ਜਾਂਦੇ ਹਾਂ ਉੱਥੇ ਇਸ ਨੂੰ ਉਤਰਾਇਣ ਕਿਹਾ ਜਾਂਦਾ ਹੈ, ਜਦੋਂ ਆਪਾਂ ਆਸਾਮ ਵੱਲ ਨੂੰ ਚਲੇ ਜਾਂਦੇ ਹਾਂ ਤੇ ਉੱਥੇ ਆਪਾਂ ਇਸ ਨੂੰ ਬਿਹੂ ਦੇ ਨਾਮ ਨਾਲ, ਉੱਥੇ ਆਪਾਂ ਇਸ ਨੂੰ ਮਾਘ ਬਿਹੂ ਦੇ ਨਾਮ ਨਾਲ ਜਾਣਦੇ ਹਾਂ। ਤੇ ਹੁਣ ਜੋ ਗੱਲ ਇੱਥੇ ਇਹ ਹੈ ਕਿ ਆਪਾਂ ਇਸ ਤਿਉਹਾਰ ਨੂੰ ਮਨਾ ਕਿਉਂ ਰਹੇ ਹਾਂ, ਕਿ ਇਸ ਤਿਉਹਾਰ ਨੂੰ ਵੱਖ ਵੱਖ ਰਿਆਸਤਾਂ ਦੇ ਲੋਕ ਕਿਉਂ ਮਨਾਉਂਦੇ ਨੇ। ਸਭ ਤੋਂ ਪਹਿਲੀ ਗੱਲ ਸਾਨੂੰ ਇਹ ਸਮਝਣੀ ਚਾਹੀਦੀ ਹੈ ਕਿ ਇਸ ਤਿਉਹਾਰ ਦਾ ਜਿਹੜਾ ਅਸਲ ਮੂਰੂਪ ਹੈ ਉਹ ਕਿਤੇ ਨਾ ਕਿਤੇ ਸੂਰਜ ਦੀ ਜਿਹੜੀ ਆਪਣੀ ਪੋਜੀਸ਼ਨ ਚੇਂਜ ਕਰਨ ਦੇ ਵਿੱਚ ਹੁੰਦੀ ਹੈ, ਠੀਕ ਹੈ ਜੀ, ਜਿਹਨੂੰ ਆਪਾਂ ਮਕਰ ਸੰਕ੍ਰਾਂਤੀ ਕਹਿੰਦੇ ਹਾਂ। ਹੁਣ ਉਹਦੇ ਵਿੱਚ ਕੀ ਹੁੰਦਾ ਹੈ ਕਿ ਸੂਰਜ ਜਿਹੜਾ ਆ ਉਹ ਇੱਕ ਟਾਈਮ ਤੇ ਆ ਕੇ ਸਾਊਦਰਨ ਹੈਮੀਸਫੇਅਰ ਦੇ ਵਿੱਚ ਹੁੰਦਾ ਹੈ, ਤੇ ਸਾਊਦਰਨ ਬਿਲਕੁਲ ਹੈਮੀਸਫੇਅਰ ਤੋਂ ਜਦੋਂ ਸੂਰਜ ਆਪਣੀ ਜਗ੍ਹਾ ਜਿਹੜੀ ਆ ਨਾਰਦਰਨ ਹੈਮੀਸਫੇਅਰ ਦੇ ਵਿੱਚ ਚੇਂਜ ਕਰਦਾ ਹੈ, ਜਿਹਨੂੰ ਆਪਾਂ ਦਰਸਾਇਣ ਤੋਂ ਉਤਰਾਇਣ ਦੇ ਵੱਲ ਨੂੰ ਆਉਂਦਾ ਹੈ, ਤੇ ਉਸ ਤਿਉਹਾਰ ਨੂੰ ਉਤਰਾਇਣ ਕਹਿੰਦੇ ਆ। ਤੇ ਉਤਰਾਇਣ ਦੇ ਅਸੀਂ ਵਿੱਚ ਇਹ ਕੀ ਵੀ ਹੁੰਦਾ ਹੈ, ਕਹਿੰਦੇ ਸੂਰਜ ਜਿਹੜੀ ਆਪਣੀ ਰਾਸ ਚੇਂਜ ਕਰ ਰਿਹਾ ਹੈ, ਸੂਰਜ ਜਿਹੜਾ ਆਪਣਾ ਰਾਸ ਹਾਂਜੀ, ਜਦੋਂ ਆਪਾਂ ਮਕਰ ਸੰਕ੍ਰਾਂਤੀ ਦੇ ਮਤਲਬ ਨੂੰ ਵੇਖਦੇ ਹਾਂ, ਤੇ ਮਕਰ ਦਾ ਮਤਲਬ ਹੁੰਦਾ ਹੈ ਉਹਦੇ ਵਿੱਚ ਉਤਰਾਇਣ ਦਾ ਮਤਲਬ ਹੁੰਦਾ ਹੈ ਉੱਤਰ ਦੀ ਵੱਲ ਨੂੰ ਜਾਣਾ, ਤੇ ਅਰਾਇਣ ਦਾ ਮਤਲਬ ਹੁੰਦਾ ਹੈ ਮੂਵਮੈਂਟ ਹੋਣੀ, ਯਾਨੀ ਕਿ ਉੱਤਰ ਦੇ ਵੱਲ ਨੂੰ ਸੂਰਜ ਦੀ ਮੂਵਮੈਂਟ ਹੋਣੀ, ਠੀਕ ਹੈ ਜੀ। ਜੀ ਹੁਣ ਆਪਾਂ ਜਦੋਂ ਮਕਰ ਸੰਕ੍ਰਾਂਤੀ ਦੀ ਗੱਲ ਵੇਖਦੇ ਹਾਂ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਮਕਰ ਦੇ ਮਤਲਬ ਸੰਕ੍ਰਾਂਤ ਦਾ ਮਤਲਬ ਹੁੰਦਾ ਆ ਕਿ ਸੰਕ੍ਰਾਂਤ ਦਾ ਮਤਲਬ ਆਪਾਂ ਜਦੋਂ ਆਪਾਂ ਦੇਖਦੇ ਹਾਂ ਕਿ ਮੂਵਮੈਂਟ ਹੋ ਜਾਣਾ, ਜਾਂ ਫਿਰ ਕਿਸੇ ਚੀਜ਼ ਦੇ ਬਾਰੇ ਆਪਾਂ ਕਹਿੰਦੇ ਹਾਂ ਕਿ ਉਸ ਚੀਜ਼ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣਾ, ਉਹਨੂੰ ਆਪਾਂ ਕਹਿੰਦੇ ਹਾਂ ਕਿ ਸੰਕ੍ਰਾਂਤ ਹੋ ਜਾਣੀ, ਯਾਨੀ ਕਿ ਇੱਕ ਜਗ੍ਹਾ ਦੀ ਪੋਜੀਸ਼ਨ, ਕਿਸੇ ਜਗ੍ਹਾ ਦੀ ਪੋਜੀਸ਼ਨ ਚੇਂਜ ਹੋਣੀ। ਹੁਣ ਇੱਥੇ ਜਦੋਂ ਆਪਾਂ ਉਹਨੂੰ ਸੂਰਜ ਦੇ ਨਾਲ ਵੇਖਦੇ ਹਾਂ ਤੇ ਸੂਰਜ ਦੀ ਪੋਜੀਸ਼ਨ ਇੱਕ ਜਗ੍ਹਾ ਤੋਂ, ਯਾਨੀ ਕਿ ਸਾਊਦਰਨ ਹੈਮੀਸਫੇਅਰ ਤੋਂ ਨਾਰਦਰਨ ਹੈਮੀਸਫੇਅਰ ਦੇ ਵਿੱਚ ਚੇਂਜ ਹੋ ਰਹੀ ਹੈ, ਜਿਹਦੇ ਨਾਲ ਕੀ ਹੋ ਰਿਹਾ, ਜਦੋਂ ਆਪਾਂ 21 ਦਸੰਬਰ ਦੇ ਵਿੱਚ ਜਿਹੜਾ ਸੂਰਜ ਹੈ ਉਹ ਐਂਟਰ 21 ਦਸੰਬਰ ਜਦੋਂ ਆਪਾਂ 21 ਜੂਨ ਦੀ ਗੱਲ ਕਰਦੇ ਹਾਂ, 21 ਜੂਨ ਦੇ ਵਿੱਚ ਸੂਰਜ ਜਿਹੜਾ ਆ ਉਹ ਸਾਊਦਰਨ ਹੈਮੀਸਫੇਅਰ ਦੇ ਵਿੱਚ ਐਂਟਰ ਕਰ ਜਾਂਦਾ ਹੈ। ਸਾਊਦਰਨ ਹੈਮੀਸਫੇਅਰ ਦੇ ਵਿੱਚ ਐਂਟਰ ਕਰਨ ਜਦੋਂ ਐਂਟਰ ਕਰਦਾ ਹੈ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਸਾਡੇ ਦਿਨ ਨੇ ਉਹ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਰਾਤਾਂ ਲੰਬੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਇਹਦੇ ਵਿੱਚ ਕੀ ਹੁੰਦਾ, ਜਦੋਂ ਆਪਾਂ ਇੱਥੇ ਆਉਂਦੇ ਹਾਂ ਮਕਰ ਸੰਕ੍ਰਾਂਤੀ ਵੱਲ ਆਉਂਦੇ ਹਾਂ, ਜਦੋਂ ਸੂਰਜ ਨਾਰਦਰਨ ਹੈਮੀਸਫੇਅਰ ਦੇ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਹੈ, ਤੇ ਉੱਥੇ ਜਿਹੜੀਆਂ ਰਾਤਾਂ ਹੁੰਦੀਆਂ ਨੇ ਉਹ ਰਾਤਾਂ ਛੋਟੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਦਿਨ ਲੰਬੇ ਹੋਣੇ ਸ਼ੁਰੂ ਹੋ ਜਾਂਦੇ ਨੇ। ਤੇ ਜਦੋਂ ਆਪਾਂ ਵੇਦਾਂ ਨੂੰ ਜਾਂ ਸਿਮ੍ਰਤੀਆਂ ਨੂੰ ਪੜ੍ਹਦੇ ਹਾਂ ਤੇ ਉਹਦੇ ਵਿੱਚ ਕੀ ਕਹਿੰਦੇ ਨੇ ਕਿ ਉਹਦੇ ਵਿੱਚ ਕਹਿੰਦੇ ਨੇ ਕਿ ਇਹ ਜਿਹੜੇ 6 ਮਹੀਨੇ, ਯਾਨੀ ਕਿ ਮਕਰ ਸੰਕ੍ਰਾਂਤੀ ਜਿਹੜੇ ਨੂੰ ਲੈ ਕੇ ਜਦੋਂ ਸੂਰਜ ਜਿਹੜਾ ਹੈ ਨਾਰਥ ਹੈਮੀਸਫੇਅਰ ਦੇ ਵਿੱਚ ਐਂਟਰ ਕਰਦਾ ਹੈ ਉਸ ਟਾਈਮ ਤੋਂ ਲੈ ਕੇ ਅੰਟਿਲ ਜਦੋਂ ਆਪਾਂ ਗੱਲ ਕਰਦੇ ਹਾਂ 21 ਜੂਨ ਤੱਕ, ਇਹ ਜਿਹੜੇ 6 ਮਹੀਨੇ ਜਿਹੜੇ ਹੁੰਦੇ ਨੇ, ਇਹਨਾਂ 6 ਮਹੀਨਿਆਂ ਦੇ ਵਿੱਚ ਜਿਹੜੀ ਸੂਰਜ ਜਿਹੜੀ ਤਪਸ਼ ਹੁੰਦੀ ਹੈ, ਉਹ ਜਿਹੜੀ ਗਰਮੀ ਹੁੰਦੀ ਹੈ, ਉਹ ਸਾਡੇ ਬੋਡੀ ਦੇ ਲਈ ਬਹੁਤ ਲਾਭਦਾਇਕ ਹੁੰਦੀ ਹੈ, ਸਾਡੇ ਫਸਲਾਂ ਦੇ ਲਈ ਬਹੁਤ ਲਾਭਦਾਇਕ ਹੁੰਦੀ ਹੈ। ਹੁਣ ਜਦੋਂ ਆਪਾਂ ਇਸ ਚੀਜ਼ ਨੂੰ ਵੇਖਦੇ ਹਾਂ ਤੇ ਪੰਜਾਬ ਦੇ ਵਿੱਚ ਇਸ ਤਿਉਹਾਰ ਨੂੰ ਇੱਥੇ ਲੋਹੜੀ ਮਨਾਇਆ ਜਾਂਦਾ ਹੈ, ਤੇ ਲੋਹੜੀ ਕਿਉਂ ਮਨਾਇਆ ਜਾਂਦਾ, ਕਿਉਂਕਿ ਉਹਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਠੰਡ ਦੀ ਰੁੱਤ ਚੱਲ ਰਹੀ ਹੁੰਦੀ ਹੈ, ਤੇ ਠੰਡ ਦੀ ਰੁੱਤ ਤੋਂ ਹੁਣ ਜਿਹੜੀ ਆਪਾਂ ਗੱਲ ਕਹਿੰਦੇ ਹਾਂ ਇੱਕ ਜਿਹੜੀ ਬਨਸਪਤੀ ਜਿਹੜੀ ਰੁੱਤ ਹੈ ਉਹ ਜਿਹੜੀ ਹੈ ਉਹ ਸਟਾਰਟ ਹੁੰਦੀ ਹੈ, ਤੇ ਬਨਸਪਤੀ ਰੁੱਤ ਸਟਾਰਟ ਹੋਣ ਤੋਂ ਬਾਅਦ ਜਿਹੜੇ ਪੇੜ ਪੌਦੇ ਨੇ ਉਹ ਖਿਲਦੇ ਨੇ, ਜਿਹੜੀ ਜਿਹੜੀ ਫਸਲ ਹੈ ਉਹ ਖਿਲਦੀ ਹੈ, ਤੇ ਉਸ ਖੁਸ਼ੀ ਦੇ ਵਿੱਚ ਜਿਹੜੇ ਸਾਡੇ ਹਾਂਜੀ ਤੇ ਮੈਂ ਅਸੀਂ ਜਿਵੇਂ ਕਿ ਵੀਰ ਜੀ ਹੋਰਾਂ ਨੇ ਗੱਲ ਕੀਤੀ ਹੈ ਕਿ ਵੇਦਾਂ ਜਾਂ ਸਿਮਰਤੀਆਂ ਦੇ ਵਿੱਚ ਵੀ ਇਸ ਮਕਰ ਸੰਕ੍ਰਾਂਤ ਦੀ ਇੰਪੋਰਟੈਂਸ ਬਾਰੇ ਦੱਸਿਆ ਗਿਆ, ਜੋ ਕਿ ਅਸੀਂ ਵੇਖ ਸਕਦੇ ਹਾਂ ਕਿ ਬਿਲਕੁਲ ਚੰਗੀ ਚੀਜ਼ ਹੈ, ਜੋ ਮੌਸਮੀ ਤਿਉਹਾਰਾਂ ਦੇ ਨਾਲ ਜਾਂ ਇੱਕ ਇੱਕ ਇਨਸਾਨ ਨੂੰ ਦਰਸਾ ਰਹੀ ਹੈ ਕਿ ਕਦੋਂ ਤੋਂ ਕਦੋਂ ਤੱਕ ਦਾ ਜਿਹੜਾ ਇਸ ਫਸਲਾਂ ਦਾ ਸਫ਼ਰ ਹੈ ਉਹ ਚੱਲ ਰਿਹਾ ਹੈ, ਤੇ ਨਾਲ ਦੇ ਨਾਲ ਜਿਹੜੀ ਸੂਰਜ ਦੀ ਤਪਸ਼ ਹੈ ਭਾਵੇਂ ਉਹ ਮਕਰ ਸੰਕ੍ਰਾਂਤ ਤੋਂ ਲੈ ਕੇ ਜੁਲਾਈ ਦੇ ਮਹੀਨੇ ਤੱਕ ਜਾਂ ਜੂਨ ਦੇ ਮਹੀਨੇ ਤੱਕ ਵੱਧਦੀ ਹੈ, ਇਸ ਕਰਕੇ ਜਿਹੜਾ ਉਹ ਇਹ ਜਿਹੜਾ ਇੱਕ ਟੈਨਿਊਰ ਹੈ ਜਾਂ ਡਿਊਰੇਸ਼ਨ ਹੈ ਉਹ ਕਿਸਾਨਾਂ ਦੇ ਲਈ ਵੀ ਲੋਕਾਂ ਦੇ ਲਈ ਵੀ ਬੜਾ ਲਾਭਦਾਇਕ ਹੈ। ਵੀਰ ਜੀ ਤੁਸੀਂ ਅੱਗੇ ਕਰੋ ਜੀ, ਕੰਟੀਨਿਊ। ਲਾਭਦਾਇਕ ਹੁੰਦਾ ਹੀ ਹੈ ਵੀਰ ਜੀ, ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਉਹ ਆਪਣੀ ਜਿਹੜੀ ਫਸਲ ਹੁੰਦੀ ਹੈ ਨਾ ਉਸ ਫਸਲ ਦੀ ਆਗਮਨ ਦੀ ਖੁਸ਼ੀ, ਉਸ ਫਸਲ ਦੀ ਪੱਕਣ ਦੀ ਖੁਸ਼ੀ ਵਿੱਚ ਇੱਕ ਜਿਹੜਾ ਆ ਇੱਕ ਤਿਉਹਾਰ ਮਨਾਉਂਦੇ ਨੇ, ਜਦੋਂ ਇਹ ਇੱਕ ਮੌਸਮੀ ਤਿਉਹਾਰ ਹੈ, ਤੇ ਉਹਦੇ ਵਿੱਚ ਕੀ ਹੈ ਕਿ ਅੱਗ ਦੇ ਆਲੇ ਦੁਆਲੇ ਜਮ੍ਹਾਂ ਹੋ ਕੇ ਸਾਰੇ ਜਿਹੜੇ ਨੇ ਅੱਗ ਦੀ ਪੂਜਾ ਕਰਦੇ ਨੇ। ਹੁਣ ਇੱਥੇ ਸਮਝਣ ਯੋਗ ਇੱਥੇ ਇਹ ਹੈ ਸਮਝਣ ਵਾਲੀ ਗੱਲ ਕਿ ਅੱਗ ਦੀ ਪੂਜਾ ਕੀਤੀ ਜਾਂਦੀ ਹੈ, ਵੇਦਾਂ ਦੇ ਵਿੱਚ ਕੀ ਕਿਹਾ ਹੈ ਕਿ ਵੇਦਾਂ ਦੇ ਵਿੱਚ ਜਾਂ ਸਿਮ੍ਰਤੀਆਂ ਦੇ ਵਿੱਚ ਜਾਂ ਉਪਨਿਸ਼ਦਾਂ ਦੇ ਵਿੱਚ ਜਦੋਂ ਆਪਾਂ ਉਸ ਚੀਜ਼ ਨੂੰ ਪੜ੍ਹਦੇ ਹਾਂ, ਆਪਾਂ ਕਈ ਆਪਣੇ ਇਤਿਹਾਸ ਜਿਹਨਾਂ ਨੇ ਫਿਲੋਸਫੀਆਂ ਦੀ ਬਹੁਤ ਸਾਰੀ ਜਿਹੜੀ ਕਿਤਾਬਾਂ ਨੇ ਉਹ ਲਿਖੀਆਂ ਨੇ, ਉਹਦੇ ਵਿੱਚ ਜਦੋਂ ਆਪਾਂ ਇਸ ਚੀਜ਼ ਨੂੰ ਪੜ੍ਹਦੇ ਹਾਂ ਤੇ ਪੜ੍ਹਨ ਦੇ ਯੋਗ ਸਾਨੂੰ ਇਹ ਚੀਜ਼ ਮਿਲਦੀ ਹੈ ਕਿ ਜਿਹੜੀ ਅੱਗ ਹੈ ਨਾ ਅੱਗ ਨੂੰ
ਦੇਵਤਿਆਂ ਦੀ ਜ਼ੁਬਾਨ ਮੰਨੀ ਗਈ ਹੈ, ਉਹਦੀ ਰਸਨਾ ਮੰਨੀ ਗਈ ਹੈ, ਦੇਵਤਿਆਂ ਦਾ ਮੂੰਹ ਮੰਨਿਆ ਗਿਆ ਹੈ। ਤੇ ਅੱਗ ਦੇ ਜਦੋਂ ਅੱਗ ਦੇ ਦੁਆਲੇ ਘੁੰਮ ਕੇ ਅੱਗ ਦੇ ਜਦੋਂ ਵਸਤੂਆਂ ਪਾਈ ਜਾਂਦੀਆਂ ਨੇ ਨਾ, ਅੱਗ ਦੇ ਵਿੱਚ ਮਿੱਠੀਆਂ ਵਸਤੂਆਂ ਪਾਈ ਜਾਂਦੀਆਂ ਨੇ, ਤੇ ਉਹ ਇਨਡਾਇਰੈਕਟਲੀ ਇਹ ਸਿੰਬਲਾਈਜ਼ ਕਰਦਾ ਹੈ ਕਿ ਆਪਾਂ ਉਹਨਾਂ ਦੇਵਤਿਆਂ ਨੂੰ ਖੁਸ਼ ਕਰ ਰਹੇ ਹਾਂ, ਉਹਨਾਂ ਦੇਵਤਿਆਂ ਦੇ ਤੱਕ ਉਹ ਜਿਹੜੇ ਪਦਾਰਥ ਆ ਉਹ ਪਹੁੰਚਾ ਰਹੇ ਹਾਂ। ਤੇ ਸਮਝਣ ਵਾਲੀ ਗੱਲ ਇੱਥੇ ਹੁਣ ਇਹ ਆਉਂਦੀ ਹੈ ਕਿ ਸਿੱਖੀ ਦੇ ਵਿੱਚ ਦੇਵਤਿਆਂ ਦੀ ਪੂਜਾ ਜਿਹੜੀ ਹੈ ਉਹ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਿੱਤੀ ਗਈ ਹੈ ਕਿ ਆਪਾਂ ਦੇਵਤਿਆਂ ਦੀ ਪੂਜਾ ਕਰਨੀ ਹੈ। ਜੇ ਆਪਾਂ ਦੇਵਤਿਆਂ ਦੀ ਪੂਜਾ ਕਰਨੀ ਹੈ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਾ ਜਦੋਂ ਉਹਨਾਂ ਸਾਨੂੰ ਇੱਕ ਆਰਡਰ ਸੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਾ, ਉਹਨਾਂ ਨੇ ਸਾਨੂੰ ਇੱਕ ਚੀਜ਼ ਦਿੱਤੀ ਸੀ, ਉਹ ਕਹਿੰਦੇ ਸੀ ਕਿ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦੇ, ਫਿਰ ਉਹ ਚੀਜ਼ ਕਿੱਥੇ ਗਈ? ਉਹ ਸਮਝਣ ਵਾਲੀ ਗੱਲ ਇੱਥੇ ਇਹ ਹੈ ਕਿ ਆਪਾਂ ਗੱਲ ਕਰਦੇ ਹਾਂ ਨਾ ਕਿ ਹੁਣ ਅੱਗ ਦੇ ਆਲੇ ਦੁਆਲੇ ਘੁੰਮ ਕੇ ਆਪਾਂ ਅੱਗ ਦੇ ਵਿੱਚ ਉਹ ਮਿੱਠੀ ਵਸਤੂਆਂ ਪਾ ਰਹੇ ਹਾਂ, ਅੱਗ ਦੇ ਵਿੱਚ ਆਪਾਂ ਅੱਗ ਦੀ ਪੂਜਾ ਕਰ ਰਹੇ ਹਾਂ, ਆਪਾਂ ਇਨਡਾਇਰੈਕਟਲੀ ਇੱਕ ਖੁਸ਼ ਕਰਨ ਵਾਲੀ ਗੱਲ ਉਸ ਇਨਡਾਇਰੈਕਟਲੀ ਜਦੋਂ ਸਿੰਬੋਲ ਕਰਦੇ ਹਾਂ ਨਾ ਇਸ ਚੀਜ਼ ਨੂੰ ਕਿ ਅੱਗ ਦੇ ਵਿੱਚ ਵਸਤੂਆਂ ਪਾਈ ਜਾਂਦੀਆਂ ਨੇ, ਅੱਗ ਦੇ ਵਿੱਚ ਹਰ ਚੀਜ਼ ਪਾਈ ਜਾਂਦੀ ਹੈ, ਤੇ ਇਹ ਇਨਡਾਇਰੈਕਟਲੀ ਉਸ ਸੂਰਜ ਦੀ ਜਿਹੜੀ ਆ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ ਕਿ ਸੂਰਜ ਹੁਣ ਦਰਸਾਇਤ ਉਤਰਾਇਣ ਵੱਲ ਨੂੰ ਆ ਚੁੱਕਿਆ ਹੁੰਦਾ ਹੈ, ਯਾਨੀ ਸਾਊਦਰਨ ਹੈਮੀਸਫੇਅਰ ਤੋਂ ਨਾਰਦਰਨ ਹੈਮੀਸਫੇਅਰ ਦੇ ਵਿੱਚ ਆ ਚੁੱਕਿਆ ਹੁੰਦਾ ਹੈ। ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਵੀ ਆਉਂਦੀ ਹੈ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਉਹ ਜਦੋਂ ਆਪਾਂ ਇਸ ਚੀਜ਼ ਨੂੰ ਪੜ੍ਹਦੇ ਹਾਂ, ਜਦੋਂ ਐਸਟ੍ਰੋਲੋਜੀ ਨੂੰ ਜਿਹੜੇ ਵੀਰ ਪੜ੍ਹਦੇ ਹੋਣਗੇ, ਜਿਹਦੇ ਵਿੱਚ ਐਸਟ੍ਰੋਲੋਜੀ ਨੂੰ ਸੁਣਦੇ ਹੋਣਗੇ, ਉਹਦੇ ਵਿੱਚ ਕੀ ਹੁੰਦਾ ਹੈ ਕਿ ਜ਼ੋਡਿਕ ਸਾਇੰਸ ਹੁੰਦੇ ਨੇ, ਸਾਡੀ ਰਾਸ਼ੀਆਂ ਜਿਹਨੂੰ ਆਪਾਂ ਕਹਿੰਦੇ ਹਾਂ। ਤੇ ਜ਼ੋਡਿਕ ਸਾਇੰਸ ਦੇ ਵਿੱਚ ਕੀ ਹੁੰਦਾ ਹੈ ਕਿ ਜ਼ੋਡਿਕ ਸਾਇੰਸ ਦੇ ਵਿੱਚ ਜਿਹੜਾ ਸੂਰਜ ਜਿਹੜਾ ਆ ਆਪਣੀ ਪੋਜੀਸ਼ਨ ਨੂੰ ਚੇਂਜ ਕਰਦਾ ਹੈ, ਕੈਪਰੀਕੋਰਨ ਤੋਂ ਸੈਜਿਟੇਰੀਅਸ ਦੇ ਵਿੱਚ ਆ ਜਾਂਦਾ ਹੈ, ਯਾਨੀ ਕਿ ਜਿਹਨੂੰ ਆਪਾਂ ਕਹਿੰਦੇ ਹਾਂ ਮਕਰ ਰਾਸ਼ੀ ਦੇ ਵਿੱਚ ਆ ਜਾਂਦਾ ਹੈ, ਤੇ ਤਾਂ ਕਰਕੇ ਇਸ ਚੀਜ਼ ਨੂੰ ਮਕਰ ਸੰਕ੍ਰਾਂਤੀ ਕਿਹਾ ਜਾਂਦਾ ਹੈ। ਹੁਣ ਹਿੰਦੂ ਮੈਥੋਲੋਜੀ ਦੇ ਵਿੱਚ ਇਸ ਚੀਜ਼ ਨੂੰ ਇੱਕ ਹੋਰ ਚੀਜ਼ ਨਾਲ ਦਰਸਾਇਆ ਗਿਆ ਹੈ। ਹੁਣ ਦੇਖੋ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਮਕਰ ਆਪਾਂ ਗੱਲ ਕਰਦੇ ਹਾਂ ਮਕਰ ਸੰਕ੍ਰਾਂਤੀ ਦੀ, ਠੀਕ ਹੈ ਜੀ, ਉਹਦੇ ਵਿੱਚ ਸਨ ਜਿਹੜਾ ਆ ਆਪਣੀ ਪੋਜੀਸ਼ਨ ਜਿਹੜੀ ਆ ਉਹ ਚੇਂਜ ਕਰਦਾ ਹੈ ਨਾਰਦਰਨ ਹੈਮੀਸਫੇਅਰ ਤੋਂ ਲੈ ਕੇ ਸਾਊਦਰਨ ਹੈਮੀਸਫੇਅਰ ਦੇ ਵਿੱਚ, ਠੀਕ ਆ। ਹੁਣ ਉਹਦੇ ਵਿੱਚ ਕੀ ਹੁੰਦਾ ਆ ਕਿ ਉਹਦੇ ਵਿੱਚ ਮਕਰ ਸੰਕ੍ਰਾਂਤੀ ਜਿਹੜੀ ਆ ਉਹ ਆਪਣੀ ਜਿਹੜੀ ਜ਼ੋਡਿਕ ਸਾਇੰਸ ਦੇ ਵਿੱਚ ਕੈਪਰੀਕੋਰਨ ਟੂ ਸੈਜਿਟੇਰੀਅਸ ਦੇ ਵਿੱਚ ਆ ਜਾਂਦਾ ਹੈ, ਯਾਨੀ ਕਿ ਮਕਰ ਦੇ ਵਿੱਚ ਆ ਜਾਂਦਾ ਹੈ। ਹੁਣ ਇਸ ਚੀਜ਼ ਨੂੰ ਹਿੰਦੂ ਮੈਥੋਲੋਜੀ ਦੇ ਦਰਸਾਉਣ ਲਈ ਕੀ ਗੱਲ ਕੀਤੀ ਜਾਂਦੀ ਹੈ ਕਿ ਹਿੰਦੂ ਮੈਥੋਲੋਜੀ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਮਕਰ ਜਿਹੜਾ ਹੈ ਉਹ ਸ਼ਨੀ ਦਾ ਘਰ ਹੈ, ਤੇ ਸ਼ਨੀ ਜਿਹੜਾ ਆ ਉਹ ਸੂਰਜ ਦਾ ਪੁੱਤ ਹੈ, ਸ਼ਨੀ ਸੂਰਜ ਦਾ ਪੁੱਤ ਹੈ, ਮਕਰ ਜਿਹੜਾ ਹੈ ਸ਼ਨੀ ਦਾ ਘਰ ਹੈ, ਤੇ ਜਿਹੜਾ ਜਿਹੜਾ ਸੂਰਜ ਹੈ ਉਹ ਸ਼ਨੀ ਦਾ ਪਿਓ ਹੈ, ਤੇ ਉਸ ਦਿਨ ਉਹ ਇਹਨੂੰ ਮਿਲਣ ਦੇ ਲਈ ਯਾਨੀ ਕਿ ਆਪਣੇ ਪੁੱਤ ਸ਼ਨੀ ਨੂੰ ਮਿਲਣ ਦੇ ਲਈ ਮਕਰ ਦੇ ਵਿੱਚ ਜਾਂਦਾ ਹੈ। ਤੇ ਜਦੋਂ ਆਪਾਂ ਇਸ ਨੂੰ ਮੈਥੋਲੋਜੀ ਦੇ ਹਿਸਾਬ ਨਾਲ ਵੇਖਦੇ ਹਾਂ ਤੇ ਹਿੰਦੂ ਮੈਥੋਲੋਜੀ ਦੇ ਹਿਸਾਬ ਨਾਲ ਵੇਖਦੇ ਹਾਂ, ਕਿਤੇ ਨਾ ਕਿਤੇ ਰਿਲੇਟ ਆਪਸ ਦੇ ਵਿੱਚ ਕਰਦਾ ਹੈ ਇਹ ਚੀਜ਼ਾਂ, ਜਦੋਂ ਰਿਲੇਟ ਕਰਦੀਆਂ ਨੇ ਤੇ ਆਪਾਂ ਜਦੋਂ ਹੁਣ ਐਜ਼ ਅ ਸਿੱਖ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਸਭ ਚੀਜ਼ਾਂ ਤੋਂ ਵਹਿਮ ਭਰਮਾਂ ਤੋਂ ਬਾਹਰ ਕੱਢਿਆ ਆ, ਜਿੰਨੀ ਜਿਹੜੀ ਆਪਾਂ ਕਹਿੰਦੇ ਹਾਂ ਕਿ ਹੁਣ ਅੱਜ ਦੀ ਰੁੱਤ ਚੇਂਜ ਹੋ ਗਈ ਹੈ, ਹਾਂ ਆਪਾਂ ਰੁੱਤ ਦੇ ਵਿੱਚ ਤਬਦੀਲੀ ਆਈ ਹੈ, ਉਹ ਵੀ ਆਪਾਂ ਉਹਦੀ ਖੁਸ਼ੀ ਮਨਾ ਰਹੇ ਹਾਂ। ਤੇ ਫਿਰ ਜਦੋਂ ਆਪਾਂ ਹੁਣੇ ਆਰੰਭਤਾ ਕੀਤੀ ਹੈ, ਉਹਦੇ ਵਿੱਚ ਆਪਾਂ ਇੱਕ ਸ਼ਬਦ ਪੜਿਆ ਸੀ ਕਿ ਮਹਾਦਿਵਸ ਮੂਰਤ ਭਲੇ ਜਿਸਕੋ ਨਦਰ ਕਰੇ, ਤੇ ਉਹ ਫਿਰ ਕਿੱਥੇ ਗਿਆ? ਸਾਡਾ ਤੇ ਹਰ ਇੱਕ ਦਿਨ ਹੀ ਉਹ ਹੈ ਨਾ, ਦੇਖੋ ਸਿੱਖ ਦਾ ਹਰ ਇੱਕ ਤਿਉਹਾਰ ਹੀ ਉਹ ਹੈ ਕਿ ਜਿਹਦੇ ਵਿੱਚ ਸਿੱਖ ਦਾ ਤਿਉਹਾਰ ਹੀ ਨਾਮ ਜਪਣਾ ਹੈ, ਸਿੱਖ ਦਾ ਤਿਉਹਾਰ ਹੀ ਹੈ ਨਾਮ ਜਪਣਾ, ਸਿੱਖ ਦਾ ਤਿਉਹਾਰ ਹੀ ਹੈ ਕਿ ਉਹ ਉਸ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਆਪਣੇ ਸਵਾਸ ਉਸ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਰੱਖੇ। ਸਿੱਖ ਦਾ ਇਹ ਕੰਮ ਹੀ ਇਹੀ ਹੈ, ਸਿੱਖ ਦਾ ਤਿਉਹਾਰ ਹੀ ਹੈ ਕਿ ਉਸ ਅਕਾਲ ਪੁਰਖ ਦੇ ਭਾਣੇ ਦੇ ਵਿੱਚ 24 ਘੰਟੇ ਆਪਣੇ ਜਿਹੜੇ 8 ਪਹਿਰ ਨੇ ਉਹਨੂੰ ਬਤੀਤ ਕਰੇ, ਇਹ ਸਿੱਖ ਦਾ ਹੀ ਇਹ ਹੈ। ਪਰ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਗੁਰਬਾਣੀ ਦੀ ਕਸਵੱਟੀ ਇਸਨੂੰ ਤੋਲਦੇ ਹਾਂ ਕਿ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਸਾਨੂੰ ਇਹ ਚੀਜ਼ ਮਿਲਦੀ ਹੈ ਕਿ ਕਿਤੇ ਵੀ ਸੂਰਜ ਜਿਹੜੀ ਪੂਜਾ ਕੀਤੀ ਜਾਵੇ। ਹੁਣ ਫਿਰ ਜਦੋਂ ਆਪਾਂ ਸੂਰਜ ਦੀ ਪੂਜਾ ਦੀ ਗੱਲ ਕਰਦੇ ਹਾਂ, ਤੇ ਇੱਕ ਪਾਸੇ ਜਦੋਂ ਆਪਾਂ ਹਰਿਦੁਆਰ ਵਿੱਚ ਗੁਰੂ ਨਾਨਕ ਪਾਤਸ਼ਾਹ ਹਰਿਦੁਆਰ ਦੇ ਵਿੱਚ ਗੁਰਾਣੀ ਜਦੋਂ ਪੰਡਿਤ ਹਰਿਦੁਆਰ ਦੇ ਵਿੱਚੋਂ ਗੰਗਾ ਦਰਿਆ ਦੇ ਵਿੱਚੋਂ ਉਹ ਆਪਣਾ ਪਾਣੀ ਚੁੱਕ ਕੇ ਜਦੋਂ ਸੂਰਜ ਵੱਲ ਨੂੰ ਸਿੱਟ ਰਹੇ ਸੀ, ਤੇ ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਕਿਹਾ, ਉਹਨਾਂ ਨੂੰ ਉਸ ਕਰਮ ਕਾਂਡ ਦੇ ਵਿੱਚੋਂ ਬਾਹਰ ਕੱਢ ਕੇ ਇਹ ਕਿਹਾ ਕਿ ਜਦੋਂ ਸੂਰਜ ਦੀ ਪੂਜਾ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈ, ਉਦੋਂ ਮੇਰਾ ਪਾਣੀ ਮੇਰੇ ਪੂਰਵਜਾਂ ਤੱਕ ਨਹੀਂ ਪਹੁੰਚ ਸਕਦਾ, ਤੁਹਾਡਾ ਪਾਣੀ ਤੁਹਾਡੇ ਸੂਰਜ ਤੱਕ ਕਿਵੇਂ ਪਹੁੰਚ ਸਕਦਾ, ਜਦੋਂ ਮੇਰਾ ਪਾਣੀ ਮੇਰੇ ਖੇਤਾਂ ਤੱਕ ਨਹੀਂ ਪਹੁੰਚ ਸਕਦਾ, ਤੁਹਾਡਾ ਪਾਣੀ ਤੁਹਾਡੇ ਪੂਰਵਜਾਂ ਤੱਕ ਕਿੱਦਾਂ ਪਹੁੰਚ ਸਕਦਾ ਹੈ? ਤੇ ਇਨਡਾਇਰੈਕਟਲੀ ਗੁਰੂ ਨਾਨਕ ਪਾਤਸ਼ਾਹ ਇਹ ਚੀਜ਼ ਵੀ ਦਰਸਾਈ ਸੀ ਕਿ ਇਹਨਾਂ ਮਟੀਰੀਅਲਿਸਟਿਕ ਚੀਜ਼ਾਂ ਦੀ ਜਿਹੜੀ ਪੂਜਾ ਕਰਨ ਦਾ ਕੋਈ ਵੀ ਫਾਇਦਾ ਨਹੀਂ, ਪੂਜਾ ਜਿਹੜੀ ਹੈ ਜਿਹੜੀ ਉਸ ਆਪਾਂ ਪੁਜਾਰੀ ਉਸ ਅਕਾਲ ਦੇ ਹਾਂ, ਤੇ ਪੂਜਾ ਵੀ ਉਸ ਅਕਾਲ ਦੀ ਹੀ ਕਰਨੀ ਹੈ, ਆਪਾਂ ਪੂਜਣਾ ਵੀ ਉਸ ਅਕਾਲ ਨੂੰ ਹੀ ਹੈ ਜਿਹੜਾ ਕਿ ਸਾਡੇ ਅੰਦਰ ਵੀ ਵਸ ਰਿਹਾ ਹੈ, ਜਿਹੜਾ ਬ੍ਰਹਿਮੰਡ ਤੋਂ ਬਾਹਰ ਵੀ ਵਸ ਰਿਹਾ ਹੈ, ਜਿਹਦੇ ਬਾਰੇ ਆਪਾਂ ਗੁਰਬਾਣੀ ਦੇ ਵਿੱਚ ਜਿਹਦੇ ਆਪਾਂ ਗੁਰਬਾਣੀ ਵਿੱਚ ਇਹ ਵੀ ਪੜ੍ਹਦੇ ਹਾਂ ਕਿ ਉਹ ਤੈਨੂੰ ਤੇਰੇ ਅੰਦਰੋਂ ਵੀ ਲੱਭ ਸਕਦਾ ਹੈ, ਤੇਰੇ ਬਾਹਰੋਂ ਵੀ ਲੱਭ ਸਕਦਾ ਹੈ, ਬਸ ਸਿਰਫ ਖੋਜਣ ਦੀ ਦੇਰ ਹੈ ਕਿ ਤੂੰ ਉਹਨੂੰ ਕਿੱਥੇ ਖੋਜੇਗਾ। ਠੀਕ ਹੈ ਜੀ, ਆਪਾਂ ਇਸ ਚੀਜ਼ ਨੂੰ ਇੱਥੇ
ਇਸ ਚੀਜ਼ ਨੂੰ ਵੇਖਦੇ ਹਾਂ ਕਿ ਮਕਰ ਸੰਕ੍ਰਾਂਤੀ ਦੇ ਵੱਲ ਜਦੋਂ ਆਪਾਂ ਇਸ ਚੀਜ਼ ਨੂੰ ਵੇਖਦੇ ਹਾਂ ਤੇ ਇਹਦਾ ਇਤਿਹਾਸ ਜਾਂ ਇਹਦਾ ਜਦੋਂ ਆਪਾਂ ਇਤਿਹਾਸ ਨਹੀਂ ਕਹਿ ਸਕਦੇ ਇਸ ਨੂੰ ਆਪਾਂ ਕਹਿ ਸਕਦੇ ਹਾਂ ਇਹਦੀ ਫਿਲਾਸਫੀ ਇੱਥੇ ਜਾ ਕੇ ਹੁੰਦੀ ਹੈ ਕਿ ਲੋਹੜੀ ਕਿਉਂ ਮਨਾਈ ਜਾਂਦੀ ਹੈ। ਹਾਂਜੀ ਸੋ ਅਸੀਂ ਇੱਥੇ ਅੱਗੇ ਕੰਟੀਨਿਊ ਕਰ ਸਕਦੇ ਹਾਂ ਕਿ ਜਿਵੇਂ ਵੀਰ ਜੀ ਹੋਰਾਂ ਨੇ ਕਿਹਾ ਕਿ ਜਿਹੜੀ ਅੱਗ ਹੈ ਉਹ ਦੇਵਤਿਆਂ ਦੀ ਜ਼ੁਬਾਨ ਹਿੰਦੂ ਫਿਲਾਸਫੀ ਵਿੱਚ ਮੰਨੀ ਗਈ ਹੈ ਤੇ ਹਾਂਜੀ ਉਹਨਾਂ ਹੀ ਦੇਵਤਿਆਂ ਦੀ ਜ਼ੁਬਾਨ ਰਾਹੀਂ ਜਦੋਂ ਲੋਹੜੀ ਦੇ ਤਿਉਹਾਰ ਦੇ ਦਿਨ ਰੇਵੜੀਆਂ ਫੁਲਕੇ ਜਾਂ ਪ੍ਰਸ਼ਾਦੇ ਜਾਂ ਹੋਰ ਪਦਾਰਥ ਉਸ ਅੱਗ ਦੇ ਵਿੱਚ ਪਾਏ ਜਾਂਦੇ ਨੇ ਇਹ ਸਮਝਿਆ ਜਾਂਦਾ ਹੈ ਕਿ ਜਿਹੜੇ ਮਰ ਚੁੱਕੇ ਪਿੱਤਰ ਨੇ ਮਰ ਚੁੱਕੇ ਵਡੇਰੇ ਨੇ ਉਹਨਾਂ ਤੱਕ ਉਹ ਜਿਹੜਾ ਰਾਸ਼ਨ ਹੈ ਜਾਂ ਹੋਰ ਜਿਹੜੀਆਂ ਸਮੱਗਰੀਆਂ ਨੇ ਉਹ ਪਹੁੰਚ ਰਹੀਆਂ ਨੇ ਜੋ ਕਿ ਜਿਸ ਨੂੰ ਅਸੀਂ ਦੇਖੋ ਵੀ ਤੁਸੀਂ ਹੁਣੇ ਗੱਲ ਕੀਤੀ ਗਰਮ ਚੀਜ਼ਾਂ ਦੀ ਜਿਹੜੀਆਂ ਕਿ ਆਪਾਂ ਅੱਗ ਦੇ ਵਿੱਚ ਪਾਉਂਦੇ ਹਾਂ ਠੀਕ ਹੈ ਜਿੱਦਾਂ ਰੇਵੜੀਆਂ ਹੋ ਗਈਆਂ ਜਿੱਦਾਂ ਮੂੰਗਫਲੀਆਂ ਹੋ ਗਈਆਂ ਠੀਕ ਹੈ ਆਪਣੇ ਪੂਰਵਜਾਂ ਤੱਕ। ਹੁਣ ਸੋਚਣ ਵਾਲੀ ਗੱਲ ਇੱਥੇ ਇੱਕ ਹੋਰ ਇਹ ਵੀ ਆ ਜਾਂਦੀ ਹੈ ਕਿ ਸਾਡਾ ਜਿਹੜਾ ਸਰਦੀਆਂ ਦੇ ਜਿਹੜੀ ਰੁੱਤ ਜਿਹੜੀ ਹੁੰਦੀ ਹੈ ਬਹੁਤ ਜ਼ਿਆਦਾ ਠੰਡੀ ਹੁੰਦੀ ਹੈ, ਠੰਡੀ ਰੁੱਤ ਦੇ ਕਰਕੇ ਆਪਾਂ ਚੀਜ਼ਾਂ ਖਾਂਦੇ ਹਾਂ ਉਹਦੇ ਵਿੱਚ ਸਾਨੂੰ ਗਰਮ ਚੀਜ਼ਾਂ ਹੀ ਖਾਣੀਆਂ ਚਾਹੀਦੀਆਂ ਜਿਹੜੀ ਕਿ ਸਾਡੀ ਬੋਡੀ ਨੂੰ ਇੱਕ ਗਰਮਾਇਸ਼ ਜਿਹੜੀ ਪੈਦਾ ਕਰਦੀਆਂ ਨੇ ਠੀਕ ਹੈ। ਤੇ ਅਗਰ ਆਪਾਂ ਉਸ ਗਰਮ ਚੀਜ਼ਾਂ ਨੂੰ ਖਾ ਰਹੇ ਹਾਂ ਕਿਤੇ ਨਾ ਕਿਤੇ ਉਹ ਚੀਜ਼ਾਂ ਜਿਹੜੀਆਂ ਨੇ ਉਸ ਇੱਕ ਜਦੋਂ ਆਪਾਂ ਕਹਿੰਦੇ ਹਾਂ ਕਿ ਇੱਕ ਮੈਥੋਲੋਜੀ ਤੋਂ ਲੈ ਕੇ ਇੱਕ ਇੱਕ ਸਾਇੰਟਿਫਿਕ ਅਪਰੋਚ ਤੋਂ ਲੈ ਕੇ ਉਸ ਚੀਜ਼ ਨੇ ਇੱਕ ਮੈਥੋਲੋਜੀ ਦਾ ਰੂਪ ਕਿੱਦਾਂ ਧਾਰਨ ਕਰ ਦਿੱਤਾ ਕਿਉਂਕਿ ਉਹ ਸਾਡੀ ਆਪਣੀ ਹੀ ਗਲਤੀ ਹੈ ਕਿਉਂਕਿ ਆਪਾਂ ਆਪਣੀ ਗੁਰਬਾਣੀ ਨੂੰ ਵਿਚਾਰਿਆ ਨਹੀਂ ਕਿ ਕਿੱਦਾਂ ਆਪਾਂ ਆਪਾਂ ਅਵੇਅਰ ਨਹੀਂ ਰਹੇ ਹਰ ਚੀਜ਼ ਦੇ ਬਾਰੇ ਕਿ ਕਿੱਦਾਂ ਚੀਜ਼ਾਂ ਜਿਹੜੀਆਂ ਨੇ ਉਹ ਕਿੱਦਾਂ ਹੁੰਦੀਆਂ ਨੇ, ਕਿੱਦਾਂ ਚੀਜ਼ਾਂ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦਾ ਕਿਹੜਾ ਬੈਨੀਫਿਟ ਹੈ ਜਾਂ ਕਿਹੜੀ ਚੀਜ਼ ਦੀ ਕਿਹੜੀ ਘਾਟ ਹੈ ਉਹ ਸਾਡੀ ਆਪਣੀ ਹੀ ਗਲਤੀ ਹੈ। ਬਿਲਕੁਲ ਜੀ, ਆਪਾਂ ਗੱਲ ਕਰਦੇ ਹਾਂ ਨਾ ਕਿ ਤੁਸੀਂ ਅੱਗ ਦੀ ਗੱਲ ਕੀਤੀ ਕਿ ਅੱਗ ਦੇ ਵਿੱਚ ਜਿਹੜੀ ਵਸਤੂਆਂ ਨੇ ਉਹ ਪਾਈ ਜਾਂਦੀਆਂ ਨੇ ਕਿ ਆਪਣੇ ਜਦੋਂ ਅੱਗ ਦੇ ਵਿੱਚ ਵਸਤੂਆਂ ਪਾਈ ਜਾਂਦੀਆਂ ਨੇ ਕਿ ਆਪਣੇ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ ਨੇ ਉਹਨਾਂ ਤੱਕ ਉਹ ਵਸਤੂਆਂ ਪਹੁੰਚਾਈ ਜਾਂਦੀਆਂ ਨੇ, ਜਾਂ ਫਿਰ ਇਨਡਾਇਰੈਕਟਲੀ ਇੱਕ ਸੰਤ ਸ੍ਰੀ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ ਉਹਦੇ ਵਿੱਚ ਵਸਤੂਆਂ ਪਾ ਕੇ। ਪਰ ਜਦੋਂ ਆਪਾਂ ਗੁਰਬਾਣੀ ਦੀ ਕਸਵੱਟੀ ਆਪਾਂ ਰਹਿਰਾਸ ਦੇ ਵਿੱਚ ਰੋਜ਼ ਪੜ੍ਹਦੇ ਹਾਂ ਕਿ ਗਾਵਨ ਤੁਨੂੰ ਪਵਣ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ, ਉਹਦੇ ਵਿੱਚ ਪਵਣ ਵੀ ਪਾਣੀ ਵੀ ਬਸੰਤਰ ਵੀ ਹਰ ਇੱਕ ਚੀਜ਼ ਉਸ ਅਕਾਲ ਪੁਰਖ ਦੇ ਗੁਣ ਗਾ ਰਹੀ ਹੈ। ਜਦੋਂ ਹਰ ਇੱਕ ਚੀਜ਼ ਉਸ ਅਕਾਲ ਪੁਰਖ ਦੇ ਗੁਣ ਗਾ ਰਹੀ ਹੈ ਤੇ ਕੇਵਲ ਅੱਗ ਨੂੰ ਹੀ ਕਿਉਂ ਚੁਣਿਆ ਜਾਂਦਾ ਹੈ ਉਸ ਅਕਾਲ ਸਿਰਫ ਉਹਦੇ ਤੱਕ ਹੀ ਜਿਹੜੀ ਵਸਤੂਆਂ ਪਹੁੰਚਾਉਣ ਨੂੰ, ਇਹ ਵੀ ਇੱਕ ਇੱਥੇ ਹੁਣ ਗੱਲ ਆ ਜਾਂਦੀ ਹੈ। ਤੇ ਉਸ ਗੱਲ ਦੇ ਵਿੱਚ ਤੇ ਉਸ ਮੈਥੋਲੋਜੀ ਦੇ ਵਿੱਚ ਤੇ ਉਸ ਕਰਮ ਕਾਂਡਾਂ ਦੇ ਵਿੱਚ ਆਪਾਂ ਕਿਉਂ ਫਸਦੇ ਜਾ ਰਹੇ ਹਾਂ, ਇਹਦਾ ਵੀ ਇੱਕ ਜਿਹੜਾ ਇੱਕ ਠੋਸ ਰੀਜ਼ਨ ਸਾਨੂੰ ਚਾਹੀਦਾ ਹੈ ਕਿ ਜਦੋਂ ਆਪਾਂ ਸਿੱਖਾਂ ਨੂੰ ਪੁੱਛਦੇ ਹਾਂ ਨਾ। ਹੁਣ ਕੀ ਗੱਲ ਹੁੰਦੀ ਹੈ ਕਿ ਹੁਣ ਇੱਕ ਹੋਰ ਚੀਜ਼ ਇੱਥੇ ਆ ਜਾਂਦੀ ਹੈ। ਦੇਖੋ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਕਿ ਚੀਜ਼ਾਂ ਦੀ, ਜਦੋਂ ਕਈ ਆਪਾਂ ਕਈ ਲੋਕਾਂ ਨੂੰ ਪੁੱਛਦੇ ਹਾਂ ਕਿ ਤੁਸੀਂ ਲੋਹੜੀ ਦਾ ਤਿਉਹਾਰ ਕਿਉਂ ਮਨਾਉਂਦੇ ਹੋ, ਤੇ ਉਹਦੇ ਵਿੱਚ ਉਹਨਾਂ ਦਾ ਇੱਕ ਸਵਾਲ ਆਉਂਦਾ ਹੈ ਕਿ ਸਾਡਾ ਮੌਸਮੀ ਤਿਉਹਾਰ ਹੈ ਠੀਕ ਹੈ ਜੀ, ਆਪਾਂ ਮੌਸਮ ਦੇ ਰਿਲੇਟਡ ਇਸ ਤਿਉਹਾਰ ਨੂੰ ਮਨਾਉਂਦੇ ਹਾਂ, ਸਾਡੀ ਖੁਸ਼ੀ ਹੈ ਕਿ ਸਾਡੀ ਜਿਹੜੀ ਫਸਲਾਂ ਨੇ ਉਹ ਚੰਗੀਆਂ ਹੋ ਜਾਂਦੀਆਂ ਨੇ, ਤੇ ਕਈ ਆਪਣੀ ਹੀ ਫਿਲਾਸਫੀਆਂ ਜਿਹੜੀਆਂ ਉਹ ਕੱਢ ਕੇ ਲੈ ਕੇ ਆਉਂਦੇ ਨੇ। ਪਰ ਜਦੋਂ ਆਪਾਂ ਗੱਲ ਹੁਣ ਇੱਥੇ ਕਰਦੇ ਹਾਂ ਕਿ ਅਗਰ ਇਹ ਤਿਉਹਾਰ ਸਿਰਫ ਪੰਜਾਬ ਦਾ ਹੈ, ਪੰਜਾਬ ਦੇ ਲੋਕ ਲੋਹੜੀ ਮਨਾਉਂਦੇ ਨੇ ਆਪਣੀ ਫਸਲਾਂ ਦੀ ਖੁਸ਼ੀਆਂ ਦੇ ਕਰਕੇ ਠੀਕ ਹੈ, ਯਾਨੀ ਕਿ ਬਾਕੀ ਜਿਹੜੇ ਜਿਹੜੇ ਲੋਕ ਨੇ ਉਹ ਇਸ ਕਰਕੇ ਮਨਾਉਂਦੇ ਨੇ ਕਿ ਸੂਰਜ ਜਿਹੜੀ ਗਤੀ ਹੈ ਉਹ ਜਿਹੜੀ ਹੁਣ ਸੰਕ੍ਰਾਂਤ ਦੇ ਕਰਕੇ ਸੂਰਜ ਦੀ ਗਤੀ ਜਿਹੜੀ ਉਹ ਚੇਂਜ ਹੋ ਰਹੀ ਹੈ। ਪਰ ਜਿਹੜੇ ਸਿੱਖ ਪੰਜਾਬ ਤੋਂ ਬਾਹਰ ਰਹਿ ਰਹੇ ਨੇ, ਕਸ਼ਮੀਰ ਦੇ ਵਿੱਚ ਰਹਿ ਰਹੇ ਨੇ, ਅਸਾਮ ਦੇ ਵਿੱਚ ਰਹਿ ਰਹੇ ਨੇ, ਮੱਧ ਭਾਰਤ ਦੇ ਵਿੱਚ ਰਹਿ ਰਹੇ ਨੇ, ਸਾਊਥ ਇੰਡੀਆ ਦੇ ਵਿੱਚ ਰਹਿ ਰਹੇ ਨੇ, ਉਹ ਇਸ ਗੱਲ ਤੋਂ ਜਿਹੜੀ ਲੋਹੜੀ ਲੋਹੜੀ ਹੈ ਉਹ ਮਨਾ ਰਹੇ ਨੇ। ਹੁਣ ਇਹ ਸੋਚਣ ਵਾਲੀ ਗੱਲ ਇੱਥੇ ਹੈ, ਇਹਦਾ ਮਤਲਬ ਇਹ ਹੈ ਨਾ ਕਿ ਜਦੋਂ ਕਿ ਆਪਾਂ ਇਸ ਚੀਜ਼ ਨੂੰ ਐਜ਼ ਅ ਰਿਲੀਜੀਅਸ ਤਿਉਹਾਰ ਮੰਨ ਕੇ ਬੈਠੇ ਹੋਏ ਹਾਂ ਕਿ ਜਦੋਂ ਇਹ ਰਿਲੀਜੀਅਸ ਤਿਉਹਾਰ ਨਹੀਂ ਹੈ, ਜਦੋਂ ਇੱਕ ਇੱਕ ਧਾਰਮਿਕ ਤਿਉਹਾਰ ਨਹੀਂ ਹੈ, ਇਹ ਸਾਡੇ ਨਾਲ ਕੋਈ ਰਿਲੇਟ ਕਰਦਾ ਹੀ ਨਹੀਂ, ਆਪਾਂ ਪੁਜਾਰੀ ਉਸ ਅਕਾਲ ਦੇ ਹਾਂ, ਆਪਾਂ ਪੁਜਾਰੀ ਸੂਰਜ ਦੇ ਨਹੀਂ। ਜਿਵੇਂ ਤੁਸੀਂ ਕਿਹਾ ਕਿ ਪੰਜਾਬ ਜੇ ਅਸੀਂ ਇਹਨੂੰ ਮੌਸਮੀ ਤਿਉਹਾਰ ਹੀ ਸਮਝ ਲਈਏ ਤੇ ਜਿਹੜੇ ਬਾਕੀ ਰਹਿੰਦੀ ਦੁਨੀਆਂ ਦੇ ਵਿੱਚ ਨਾਨਕ ਗੁਰੂ ਨਾਨਕ ਨਾਮ ਲੇਵਾ ਸਿੱਖ ਨੇ ਉਹਨਾਂ ਤੱਕ ਇਹ ਗੱਲ ਕਿਵੇਂ ਪਹੁੰਚਾਈ ਜਾ ਸਕੇ ਕਿ ਇਹ ਜਿਹੜਾ ਜੇ ਮੌਸਮੀ ਤਿਉਹਾਰ ਦੇ ਕਰਕੇ ਮਨਾਇਆ ਜਾ ਰਿਹਾ ਤੇ ਕੇਵਲ ਪੰਜਾਬ ਦੇ ਰੀਜਨ ਦੇ ਲਈ ਹੈ, ਨਾਰਥਨ ਇੰਡੀਆ ਦੇ ਲਈ ਹੈ, ਜਿਹੜੇ ਬਾਕੀ ਦੇ ਜਿਹੜਾ ਬਾਕੀ ਦੇ ਜਿੱਥੇ ਉਹਨੇ ਉਹਨਾਂ ਲਈ ਫਿਰ ਅਸੀਂ ਉਹਨੂੰ ਕਿਵੇਂ ਸਮਝਾ ਸਕਦੇ ਹਾਂ ਇਹ ਚੀਜ਼ ਨੂੰ? ਦੇਖੋ ਜਿੱਦਾਂ ਆਪਾਂ ਕਸ਼ਮੀਰ ਦੀ ਗੱਲ ਕਰੀਏ, ਕਸ਼ਮੀਰ ਦੇ ਵਿੱਚ ਕੀ ਹੁੰਦਾ ਕਿ ਕਸ਼ਮੀਰ ਦੇ ਵਿੱਚ ਰਹਿ ਕੇ ਵੀ ਆਪਾਂ ਜਿੱਦਾਂ ਕਿ ਸਾਡਾ ਇਹਦੇ ਨਾਲ ਕੋਈ ਰਿਲੇਟਡ ਰਿਲੇਸ਼ਨ ਨਹੀਂ ਹੈ, ਆਪਾਂ ਵੀ ਇਸ ਚੀਜ਼ ਨੂੰ ਮਨਾ ਰਹੇ ਹਾਂ, ਕਿਤੇ ਨਾ ਕਿਤੇ ਅਵੇਅਰਨੈਸ ਦੀ ਘਾਟ ਹੈ, ਅਵੇਅਰਨੈਸ ਦੀ ਘਾਟ ਹੈ ਲੋਕਾਂ ਦੇ ਵਿੱਚ। ਇੱਕ ਜਦੋਂ ਆਪਾਂ ਕਹਿੰਦੇ ਹਾਂ ਕਿ ਨਾ ਪੜ੍ਹਨ ਦੀ ਇੱਕ ਜਾਚ ਹੈ ਕਿ ਲੋਕ ਪੜ੍ਹਦੇ ਨਹੀਂ, ਬਸ ਅੱਖਾਂ ਬੰਦ ਕਰਕੇ ਉਸ ਚੀਜ਼ ਤੇ ਵਿਸ਼ਵਾਸ ਕਰਨ ਲੱਗ ਜਾਂਦੇ ਨੇ, ਜਿਹੜੀ ਸੀਨਾ ਦੱਸਿਆ ਜਿਹੜੀ ਚੀਜ਼ ਚੱਲਦੀ ਆ ਰਹੀ ਹੈ ਉਹਨੂੰ ਧਾਰਨ ਕਰਕੇ ਬੈਠੇ ਹੋਏ ਨੇ। ਮੈਂ ਹੁਣ ਸਾਡੇ ਚੈਨਲ ਦੇ ਰਾਹੀਂ ਨਾ ਇੱਕ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ, ਇੱਕ ਰਿਕੁਐਸਟ ਕਰਨਾ ਚਾਹੁੰਦਾ ਆਪਣੇ ਪੂਰੇ ਪੰਥ ਨੂੰ ਕਿ ਵੈਸੇ ਵੀ ਆਪਾਂ ਬਹੁਤ ਸਾਰੇ ਜਿਹੜੇ ਭਾਰ ਹੈ ਆਪਣੇ ਪੰਥ ਦੀ ਝੋਲੀ ਵਿੱਚ ਪਾ ਦਿੱਤੇ ਨੇ, ਕੋਈ ਇਹੋ ਜਿਹੇ ਤਿਉਹਾਰ ਆਪਣੀ ਪੰਥ ਦੀ ਝੋਲੀ ਦੇ ਵਿੱਚ ਪਾ ਦਿੱਤੇ ਨੇ ਜਿਹੜੇ ਤਿਉਹਾਰਾਂ ਦੀ ਸਾਨੂੰ ਲੋੜ ਨਹੀਂ ਹੈ, ਜਿਹੜੇ ਤਿਉਹਾਰ ਸਾਡੇ ਨਹੀਂ ਹਨ, ਆਪਾਂ ਉਸ ਅਕਾਲ ਦੇ ਪੁਜਾਰੀ ਹਾਂ, ਆਪਾਂ ਹੋਰ ਕਿਸੇ ਦੇ ਪੁਜਾਰੀ ਨਹੀਂ।
ਸਾਨੂੰ ਉਸ ਅਕਾਲ ਪੁਰਖ ਦੇ ਨਾਮ ਦੇ ਭਾਣੇ ਦੇ ਵਿੱਚ ਹੀ ਰਹਿਣਾ ਹੈ, ਉਸ ਨਾਮ ਦੇ ਭਾਣੇ ਦੇ ਵਿੱਚ ਰਹਿ ਕੇ ਹੀ ਆਪਣਾ ਆਪਾਂ ਹਰ ਇੱਕ ਦੁਨਿਆਵੀ ਕੰਮ ਨੂੰ ਕਰਨਾ ਹੈ। ਬਿਲਕੁਲ ਕਿਉਂਕਿ ਜੀ, ਜਦੋਂ ਇੱਕ ਬੰਦੇ ਦੇ ਵਿੱਚੋਂ, ਇੱਕ ਮਨੁੱਖ ਦੇ ਵਿੱਚੋਂ ਜਾਂ ਕਿਸੇ ਵੀ ਜੀਵ ਦੇ ਵਿੱਚੋਂ ਜਿਹੜੇ ਸਵਾਸ ਨੇ ਉਹ ਨਿਕਲ ਜਾਂਦੇ ਨੇ, ਉਹ ਮਰ ਜਾਂਦਾ ਹੈ। ਗੁਰੂ ਉਸ ਅਕਾਲ ਪੁਰਖ ਦਾ ਨਾਮ ਸਾਡੇ ਸਵਾਸ ਨੇ, ਤੇ ਸਵਾਸਾਂ ਨੂੰ ਨਾਲ ਲੈ ਕੇ ਹੀ ਆਪਾਂ ਹਰ ਇੱਕ ਚੀਜ਼ ਨੂੰ ਜਿਹੜਾ ਆ ਉਹ ਕਰਨਾ ਹੈ, ਆਪਾਂ ਦੁਨਿਆਵੀ ਹਰ ਇੱਕ ਕੰਮ ਕਰਨਾ ਹੈ। ਜਦੋਂ ਨਾਮ ਦਾ ਉਹ ਸਵਾਸ ਖਤਮ ਹੋ ਗਿਆ, ਇਹ ਸਾਡੇ ਅੰਦਰੋਂ ਜਿਹੜੇ ਸਾਹ ਨੇ ਉਹ ਮੁੱਕ ਜਾਣੇ ਨੇ, ਆਪਾਂ ਜਿੰਦੇ ਜਿਹੀ ਮਰ ਜਾਵਾਂਗੇ। ਹੁਣ ਇੱਥੇ ਦੱਸਣ ਵਾਲੀ ਗੱਲ ਇਹ ਹੈ ਕਿ ਉਹਨਾਂ ਤੱਕ ਉਹ ਗੱਲ ਕਿਵੇਂ ਪਹੁੰਚਾਈ ਜਾਵੇ। ਉਹਨਾਂ ਤੱਕ ਉਹ ਗੱਲ ਪਹੁੰਚਾਉਣ ਦੀ ਜਿਹੜੀ ਜ਼ਿੰਮੇਦਾਰੀ, ਉਹ ਹਰ ਇੱਕ ਸਿੱਖ ਦੀ ਆਪਣੀ ਨਿੱਜੀ ਜ਼ਿੰਮੇਦਾਰੀ ਬਣਦੀ ਹੈ ਕਿ ਹਰ ਇੱਕ ਚੀਜ਼ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਦਿੱਤੀ ਗਈ ਫਿਲਾਸਫੀ ਦੀ ਕਸਵੱਟੀ ਦੇ ਉੱਤੇ ਤੋਲਿਆ ਜਾਵੇ, ਗੁਰਬਾਣੀ ਦੀ ਕਸਵੱਟੀ ਦੇ ਉੱਤੇ ਤੋਲਿਆ ਜਾਵੇ। ਕਿਉਂਕਿ ਆਪਾਂ ਕੀ ਕਰਦੇ ਹਾਂ ਨਾ ਕਿ ਪ੍ਰਚਾਰਕਾਂ ਦੇ ਪਿੱਛੇ ਜ਼ਿਆਦਾ ਜ਼ਿਆਦਾ ਭੱਜਦੇ ਹਾਂ ਕਿ ਨਹੀਂ ਜੀ। ਹੁਣ ਇਹ ਚੀਜ਼ ਜਿਹੜੀ ਆ ਪ੍ਰਚਾਰਕ ਨੂੰ ਪੁੱਛ ਲਈਏ ਕਿ ਉਹ ਜਦੋਂ ਗੁਰਦੁਆਰੇ ਵਿੱਚ ਬਹਿ ਕੇ ਕਥਾ ਕਰਦੇ ਨੇ ਜਾਂ ਗੁਰਦੁਆਰੇ ਵਿੱਚ ਬਹਿ ਕੇ ਗੁਰੂ ਦੇ ਵਿਚਾਰ ਸਾਂਝੇ ਕਰਦੇ ਨੇ, ਤੇ ਪ੍ਰਚਾਰਕਾਂ ਨੂੰ ਇਹ ਚੀਜ਼ ਪੁੱਛ ਲੈਂਦੇ ਹਾਂ ਕਿ ਇਹ ਚੀਜ਼ ਮਨਾਉਣੀ ਗਲਤ ਹੈ ਜਾਂ ਇਹ ਚੀਜ਼ ਮਨਾਉਣੀ ਗਲਤ ਨਹੀਂ, ਉਹ ਕਿਤੇ ਨਾ ਕਿਤੇ ਆਪਾਂ ਅੰਧ ਵਿਸ਼ਵਾਸ ਦੇ ਵਿੱਚ ਫਸ ਜਾਂਦੇ ਹਾਂ, ਕਿਤੇ ਨਾ ਕਿਤੇ ਆਪਾਂ ਉਹਨਾਂ ਦੇ ਪਿੱਛੇ ਆਪਣੇ ਅੱਖਾਂ ਬੰਦ ਕਰਕੇ ਭੱਜਣ ਲੱਗ ਜਾਂਦੇ ਹਾਂ। ਪਰ ਕੀ ਕੋਈ ਸਿੱਖ ਕਦੇ ਆਪ ਉਹਨੇ ਗੁਰਬਾਣੀ ਦਾ ਪਾਠ ਕਰਕੇ, ਕਦੇ ਆਪ ਉਹਨੇ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਉਸ ਚੀਜ਼ ਨੂੰ ਤੋਲਿਆ ਹੈ? ਨਹੀਂ ਤੋਲਿਆ। ਤੇ ਸਾਨੂੰ ਸਭ ਤੋਂ ਪਹਿਲੀ ਚੀਜ਼ ਇਹੀ ਕਰਨੀ ਚਾਹੀਦੀ ਹੈ ਕਿ ਜਦੋਂ ਕੋਈ ਵੀ ਮਨ ਦੇ ਵਿੱਚ ਸ਼ੰਕਾ ਹੁੰਦੀ ਹੈ, ਆਪਾਂ ਅਰਦਾਸ ਦੇ ਵਿੱਚ ਦੀਵਾਨ ਦੇ ਵਿੱਚ ਰੋਜ਼ ਪੜ੍ਹਦੇ ਹਾਂ ਕਿ ਜੋ ਪ੍ਰਭ ਕੋਮਲ ਬੋਚ ਹੈ ਖੋਲ ਸ਼ਬਦ ਮੈਲੇ, ਤੈਨੂੰ ਹਰ ਇੱਕ ਚੀਜ਼ ਦਾ ਜਿਹੜਾ ਇਲਾਜ ਹੈ, ਤੈਨੂੰ ਹਰ ਇੱਕ ਚੀਜ਼ ਜਿਹੜੀ ਜਿਹੜੀ ਖੋਜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਮਿਲ ਸਕਦੀ ਹੈ, ਸਿਰਫ ਆਪਾਂ ਖੋਜਣ ਵਾਲੇ ਤਾਂ ਬਣੀਏ, ਆਪਾਂ ਉਹ ਨਹੀਂ ਕਰਦੇ। ਹਾਂਜੀ ਵੀਰ ਜੀ, ਤੇ ਜਦੋਂ ਮੈਂ ਇਸੇ ਜਦੋਂ ਸਾਨੂੰ ਇਹ ਟੌਪਿਕ ਮਿਲਿਆ ਸੀ, ਟਾਸਕ ਮਿਲਿਆ ਸੀ ਇਸ ਪ੍ਰਥਾ ਵੀਡੀਓ ਬਣਾਉਣ ਦੇ ਲਈ, ਤੇ ਜਦੋਂ ਅਸੀਂ ਇਸ ਚੀਜ਼ ਲਈ ਪੜ੍ਹ ਰਹੇ ਸੀਗੇ, ਤੇ ਮੈਨੂੰ ਉੱਥੇ ਇੱਕ ਇੱਕ ਕਥਾਵਾਚਕ ਦੀ ਇੱਕ ਵੀਡੀਓ ਵੇਖਣ ਨੂੰ ਮਿਲੀ। ਉਹ ਕਥਾ ਦੌਰਾਨ ਕਹਿ ਰਹੇ ਸੀ ਕਿ ਉਹ ਇੱਕ ਗੁਰਦੁਆਰਾ ਸਾਹਿਬ ਤੇ ਕਥਾ ਕਰ ਰਹੇ ਸੀ, ਤੇ ਉੱਥੇ ਦੇ ਜਿਹੜੇ ਸਿੱਖ ਸੰਗਤਾਂ ਸਨ ਉਹਨਾਂ ਨੂੰ ਕਿਹਾ ਕਿ ਅਸੀਂ ਵੀ ਇੱਥੇ ਲੋਹੜੀ ਮਨਾਉਂਦੇ ਹਾਂ, ਠੀਕ ਹੈ ਜੀ। ਸੋ ਜਿਵੇਂ ਕਿ ਉਹਨਾਂ ਦਾ ਫਰਜ਼ ਸੀਗਾ ਕਿ ਉਹਨਾਂ ਨੂੰ ਸਮਝਾਉਣਾ ਕਿ ਸਾਡਾ ਤਿਉਹਾਰ ਨਹੀਂ ਹੈ, ਨਾ ਹੀ ਸਮਾਜਿਕ ਤੌਰ ਉੱਪਰ, ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਾਡਾ ਤਿਉਹਾਰ ਨਹੀਂ ਹੈ, ਸੋ ਇਸ ਤਿਉਹਾਰ ਨੂੰ ਗੁਰਮਤ ਦੇ ਨਜ਼ਰੀਏ ਨਾਲ ਸਾਨੂੰ ਵੇਖਣਾ ਚਾਹੀਦਾ। ਜਿਵੇਂ ਕਿ ਵੀਰ ਜੀ ਨੇ ਇੱਕ ਪੂਰੀ ਦੀ ਪੂਰੀ ਲੜੀ ਤੁਹਾਡੇ ਸਾਹਮਣੇ ਰੱਖੀ ਹੈ ਕਿ ਕਿੱਥੇ ਹਿੰਦੂ ਧਰਮ ਦੀ ਫਿਲਾਸਫੀ ਤੋਂ ਲੈ ਕੇ ਗੁਰਮਤ ਦੇ ਨਜ਼ਰੀਏ ਤੱਕ ਦਾ ਜਿਹੜਾ ਸਾਰਾ ਵੀਰ ਜੀ ਨੇ ਤੁਹਾਡੇ ਸਾਹਮਣੇ ਰੱਖਿਆ ਹੋਇਆ। ਸੋ ਉਹ ਜਿਹੜੇ ਪ੍ਰਚਾਰਕ ਨੇ ਉਹਨਾਂ ਨੇ ਫਿਰ ਜਿਵੇਂ ਕਿ ਵੀਰ ਜੀ ਨੇ ਕਿਹਾ ਕਿ ਹਰ ਇੱਕ ਸਿੱਖ ਦਾ ਇਹ ਨਿੱਜੀ ਫਰਜ਼ ਹੁੰਦਾ ਹੈ ਕਿ ਉਹ ਇਸ ਚੀਜ਼ ਨੂੰ ਸੰਗਤਾਂ ਦੇ ਸਾਹਮਣੇ ਰੱਖਣ ਕਿ ਇਹ ਜਿਹੜੇ ਤਿਉਹਾਰ ਨੇ ਸਾਡੇ ਨਹੀਂ ਹਨ। ਸੋ ਉਹਨਾਂ ਪ੍ਰਚਾਰਕ ਉਸ ਪ੍ਰਚਾਰਕ ਨੇ ਵੀ ਇਹੋ ਜਿਹੀ ਚੀਜ਼ ਕੀਤੀ ਕਿ ਉੱਥੇ ਦੀ ਸੰਗਤਾਂ ਨੂੰ ਫਿਰ ਪ੍ਰਣ ਦੇ ਕੇ ਆਏ ਕਿ ਇਹ ਜਿਹੜਾ ਤਿਉਹਾਰ ਹੈ ਤੁਸੀਂ ਅਗਲੀ ਵਾਰ ਤੋਂ ਨਹੀਂ ਮਨਾਉਣਾ। ਸੋ ਜਿਵੇਂ ਕਿ ਅਸੀਂ ਇਸ ਦੇ ਪਿਛੋਕੜ ਬਾਰੇ, ਇਸ ਦੀ ਫਿਲਾਸਫੀ ਬਾਰੇ ਗੱਲ ਕਰ ਚੁੱਕੇ ਹਾਂ ਕਿ ਵੱਖ ਵੱਖ ਧਰਮਾਂ ਦੇ ਨਾਲ ਇਸ ਦਾ ਸੰਬੰਧ ਕੀ ਹੈ। ਸੋ ਵੀਰ ਜੀ ਹੋਰਾਂ ਨੇ ਜਿਵੇਂ ਕਿ ਆਪ ਜੀ ਨੂੰ ਬਾਕੀ ਧਾਰਮਿਕ ਸਿਧਾਂਤਾਂ ਦੇ ਬਾਰੇ, ਬਾਕੀ ਧਰਮ ਦੇ ਧਾਰਮਿਕ ਫਿਲਾਸਫੀਆਂ ਦੇ ਬਾਰੇ ਕਿ ਵੱਖ ਵੱਖ ਧਰਮਾਂ ਦੇ ਵਿੱਚ ਇਸ ਤਿਉਹਾਰ ਦੀ ਮਹਾਨਤਾ ਕੀ ਹੈ, ਇਸ ਤਿਉਹਾਰ ਦਾ ਸੰਬੰਧ ਕੀ ਹੈ, ਤੇ ਗੁਰਮਤ ਦੇ ਨਜ਼ਰੀਏ ਨਾਲ ਇਸ ਤਿਉਹਾਰ ਦਾ ਸੰਬੰਧ ਸਿੱਖਾਂ ਨਾਲ ਕਿੱਥੋਂ ਤੱਕ ਵੀ ਨਹੀਂ ਹੈ। ਸੋ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਜਿਹੜੇ ਕ੍ਰਾਂਤੀਕਾਰੀ ਬੋਲ ਨੇ, ਮਾਘ ਮਜਨ ਕਰ ਸਾਧੂਆਂ ਧੂੜੀ ਘਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ, ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ, ਸੱਚੈ ਮਾਰਗ ਚਲਦਿਆਂ ਉਸਤਤ ਘਰੇ ਜਹਾਨ, ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ, ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ, ਜਿਨ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ, ਮਾਗ ਸੁੱਚੇ ਸੇ ਕਾਂਡੀਐ ਜਿਨ ਪੂਰਾ ਗੁਰ ਮਿਹਰਬਾਨ। ਸੋ ਗੁਰੂ ਪਾਤਸ਼ਾਹ ਨੇ ਇਸ ਦਿਨ ਦਾ ਇਸ ਜਿਵੇਂ ਕਿ ਵੀਰ ਜੀ ਹੋਰਾਂ ਨੇ ਦੱਸਿਆ ਹੈ ਕਿ ਕਿਵੇਂ ਦਾ ਇੱਕ ਰੁੱਤ ਚੇਂਜ ਹੋ ਰਹੀ ਹੈ, ਇਸ ਤਿਉਹਾਰ ਦਾ ਮੌਸਮ ਨਾਲ ਕੀ ਸੰਬੰਧ ਹੈ, ਤੇ ਗੁਰੂ ਪਾਤਸ਼ਾਹ ਨੇ ਵੀ ਦੱਸਿਆ ਕਿ ਲੋਕ ਇਸ ਤਿਉਹਾਰ ਦੇ ਦੌਰਾਨ ਕੀ ਕਰਮ ਕਾਂਡ ਕਰਦੇ ਨੇ। ਜਿਵੇਂ ਕਿ ਵੀਰ ਜੀ ਨੇ ਹਰਿਦੁਆਰ ਦਾ, ਗੁਰੂ ਨਾਨਕ ਪਾਤਸ਼ਾਹ ਦਾ ਜ਼ਿਕਰ ਇਤਿਹਾਸਕ ਦ੍ਰਿਸ਼ਟੀਕੋਣ ਹਰਿਦੁਆਰ ਦੇ ਨਾਲ ਦੱਸਿਆ, ਤੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੱਸ ਰਹੇ ਨੇ ਕਿ ਕਿਵੇਂ ਇਸ ਦਿਨ ਲੋਕ ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰਨ ਬੜਾ ਪੁੰਨ ਸਮਝਦੇ ਹਨ, ਪਰ ਗੁਰਮੁਖਾਂ ਨੂੰ ਗੁਰੂ ਪਾਤਸ਼ਾਹ ਨੇ ਇਹ ਸੇਧ ਬਖਸ਼ੀ ਹੈ ਜੀ ਕਿ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਇਹੀ ਹੈ ਤੀਰਥਾਂ ਦਾ ਇਸ਼ਨਾਨ। ਗੁਰੂ ਪਾਤਸ਼ਾਹ ਕਹਿ ਰਹੇ ਨੇ ਕਿ
ਜਿਹੜਾ ਕਿ ਸਿੱਖ ਹੈ, ਜਿਹੜਾ ਕਿ ਗੁਰੂ ਨਾਨਕ ਨਾਮ ਲੇਵਾ ਸਿੱਖ ਹੈ, ਉਸਦਾ ਤੀਰਥ, ਉਸਦਾ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਜਾਂ ਤੀਰਥਾਂ ਦੇ ਦਰਸ਼ਨ ਕਰਨੇ, ਉਹ ਸਭ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਹੀ ਹੋ ਸਕਦੇ ਨੇ। ਉਹਨਾਂ ਦੀ ਚਰਨ ਧੂੜ ਵਿੱਚ ਇਸ਼ਨਾਨ ਕਰ, ਤੇ ਗੁਰੂ ਪਾਤਸ਼ਾਹ ਕਹਿ ਰਹੇ ਨੇ ਕਿ ਉਹਨਾਂ ਦੀ ਚਰਨ ਦੀ ਧੂੜ ਵਿੱਚ ਇਸ਼ਨਾਨ ਕਰ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਗੁਰੂ ਪਾਤਸ਼ਾਹ ਅਗਲੀ ਤੁਕ ਦੇ ਵਿੱਚ ਕਹਿ ਰਹੇ ਨੇ ਕਿ ਨਿਮਰਤਾ ਭਾਵ ਨਾਲ ਗੁਰਮੁਖਾਂ ਦੀ ਸੰਗਤ ਕਰ, ਉੱਥੇ ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਸਿਫਤ ਸਲਾਹ ਸੁਣ, ਹੋਰ ਸਭਨਾਂ ਨੂੰ ਇਹੀ ਨਾਮ ਦੀ ਦਾਤ ਵੰਡ। ਤੇ ਅਸੀਂ ਇਹ ਦੇਖੋ ਵੀ ਇੱਕ ਕਹਿ, ਅੱਛਾ ਅੱਛਾ ਜੀ ਜੀ ਦੇਖੋ ਇੱਕ ਚੀਜ਼ ਜਿਹੜੀ ਆ ਉਹ ਇਹ ਵੀ ਆ ਰਹੀ ਹੈ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਕਿ ਜਦੋਂ ਤੁਸੀਂ ਹੁਣ ਇਹ ਸ਼ਬਦ ਪੜਿਆ ਕਿ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਜਦੋਂ ਆਪਾਂ ਇਸ ਚੀਜ਼ ਨੂੰ ਪੜ੍ਹਦੇ ਹਾਂ ਇਹਦੇ ਵਿੱਚ ਗੁਰੂ ਪਾਤਸ਼ਾਹ ਸਾਨੂੰ ਸਪਸ਼ਟ ਤੌਰ ਤੇ ਇਹ ਚੀਜ਼ ਦੱਸ ਰਹੇ ਨੇ ਕਿ ਕਿੱਦਾਂ ਕਰਮ ਕਾਂਡਾਂ ਦੇ ਵਿੱਚ ਦੇਖੀਏ ਜਿਹੜੇ ਦਾਨ ਸੀ ਉਹ ਕਿਤੇ ਉਸ ਕਿਉਂਕਿ ਮਾਘ ਦੇ ਮਹੀਨੇ ਦੇ ਵਿੱਚ ਨਾ ਦਾਨ ਪੁੰਨ ਕਰਨਾ ਬਹੁਤ ਜ਼ਿਆਦਾ ਇਹ ਕੀਤਾ ਜਾਂਦਾ ਹੈ, ਮਤਲਬ ਮੰਨਿਆ ਜਾਂਦਾ ਹੈ ਕਿ ਹੁਣ ਆਪਾਂ ਦਾਨ ਕਰਾਂਗੇ ਤੇ ਸਾਨੂੰ ਪੂਰੇ ਸਾਲ ਹੁਣ ਇਹਦਾ ਜਿਹੜਾ ਫਲ ਹੈ ਉਹ ਮਿਲੂਗਾ, ਤੇ ਨਾਲ ਦੇ ਨਾਲ ਉਹ ਇਹ ਵੀ ਚੀਜ਼ ਮੰਨਦੇ ਨੇ ਕਿ ਜਦੋਂ ਆਪਾਂ ਅਗਰ ਤੀਰਥਾਂ ਦੇ ਇਸ਼ਨਾਨ ਕਰਾਂਗੇ ਤੇ ਉਹਦੇ ਵਿੱਚ ਸਾਨੂੰ ਲਾਭ ਸਾਡੀ ਜਿਹੜੀ ਪੁਸ਼ਤਾਂ ਨੂੰ ਜਿਹੜੀ ਆਉਣ ਵਾਲੀ ਪੁਸ਼ਤਾਂ ਨੇ ਉਹਨੂੰ ਇਹਦਾ ਬਹੁਤ ਜ਼ਿਆਦਾ ਲਾਭ ਹੋਵੇਗਾ। ਤੇ ਜਦੋਂ ਆਪਾਂ ਇਸ ਚੀਜ਼ ਨੂੰ ਪੜ੍ਹਦੇ ਹਾਂ ਜਦੋਂ ਆਪਾਂ ਇਸ ਚੀਜ਼ ਨੂੰ ਸੁਣਦੇ ਹਾਂ ਤੇ ਗੁਰੂ ਪਾਤਸ਼ਾਹ ਇਸ ਚੀਜ਼ ਨੂੰ ਬਿਲਕੁਲ ਨਕਾਰਦੇ ਨੇ ਕਿ ਸਿੱਖ ਦੇ ਜੀਵਨ ਦਾ ਜਿਹੜਾ ਤੀਰਥ ਹੈ ਉਹ ਸਿਰਫ ਉਸ ਅਕਾਲ ਪੁਰਖ ਦਾ ਨਾਮ ਹੀ ਹੈ, ਸਿੱਖ ਦੇ ਜਿਹੜਾ ਜੀਵਨ ਜਿਹੜਾ ਦਾਨ ਹੈ ਉਹ ਦਾਨ ਸਿਰਫ ਜੋ ਆਪਾਂ ਗੱਲ ਕਰਦੇ ਹਾਂ ਉਹ ਦਾਨ ਜਿਹੜਾ ਆ ਉਹ ਉਸ ਅਕਾਲ ਪੁਰਖ ਦੇ ਨਾਮ ਨੂੰ ਵੰਡਣਾ ਹੀ ਉਹ ਜਿਹੜਾ ਹੈ ਉਹ ਦਾਨ ਹੈ। ਜਦੋਂ ਬਿਲਕੁਲ ਜੀ, ਆਪਾਂ ਲੋਹੜੀ ਦੇ ਤਿਉਹਾਰ ਦੇ ਵਿੱਚ ਅੱਗ ਦੀ ਹੁਣ ਪੂਜਾ ਵੇਖਦੇ ਹਾਂ ਤੇ ਕੀ ਇਸ ਕਸਵੱਟੀ ਦੇ ਉੱਤੇ ਉਹ ਬਿਲਕੁਲ ਆ ਕੇ ਫਿੱਟ ਬਹਿੰਦਾ ਹੈ? ਨਹੀਂ ਜੀ, ਬਿਲਕੁਲ ਨਹੀਂ ਬਹਿੰਦਾ। ਨਹੀਂ ਜਦੋਂ ਆਪਾਂ ਇਸ ਚੀਜ਼ ਨੂੰ ਵੇਖੀਏ ਇਸ ਕਸਵੱਟੀ ਤੇ ਆ ਕੇ ਬਿਲਕੁਲ ਫਿੱਟ ਨਹੀਂ ਬਹਿੰਦਾ, ਫਿਰ ਆਪਾਂ ਆਪਣੀ ਮਤ ਦੇ ਉੱਤੇ ਹੱਥ ਮਾਰ ਕੇ ਵੇਖੀਏ ਕਿ ਅੱਗ ਦੀ ਪੂਜਾ ਆਪਾਂ ਕਿਉਂ ਕਰ ਰਹੇ ਹਾਂ, ਜਿਹੜੀਆਂ ਕਰਮ ਕਾਂਡ ਤੋਂ ਗੁਰੂ ਨਾਨਕ ਪਾਤਸ਼ਾਹ ਨੂੰ ਦੂਰ ਕੀਤਾ ਹੋਇਆ ਸੀ ਅੱਜ ਆਪਾਂ ਉਹਨਾਂ ਕਰਮ ਕਾਂਡ ਦੇ ਵਿੱਚ ਕਿਉਂ ਫਸ ਰਹੇ ਹਾਂ? ਜੀ ਹਾਂਜੀ, ਸੋ ਜਿਵੇਂ ਕਿ ਵੀਰ ਜੀ ਨੇ ਪਹਿਲਾਂ ਹੀ ਦੱਸ ਚੁੱਕੇ ਹੋਏ ਨੇ ਕਿ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਤੇ ਬਖੂਬੀ ਨਾਲ ਵੀਰ ਜੀ ਹੋਰਾਂ ਨੇ ਇਹ ਵੀ ਦੱਸਿਆ ਕਿ ਸਿੱਖ ਧਰਮ ਦੀ ਪੂਜਾ, ਸਿੱਖ ਧਰਮ ਦੀ ਅਰਾਧਨਾ ਕੇਵਲ ਇੱਕ ਅਕਾਲ ਪੁਰਖ ਦਾ ਨਾਮ ਜਪਣਾ ਹੀ ਹੈ, ਤੇ ਕਿਸੇ ਮਾਧਿਅਮ ਦੀ ਸਾਨੂੰ ਉਸ ਦੇ ਵਿੱਚ ਜ਼ਰੂਰਤ ਨਹੀਂ ਹੋ ਸਕਦੀ। ਕੇਵਲ ਤੇ ਕੇਵਲ ਸਾਡਾ ਜਿਹੜਾ ਅਸੀਂ ਕਹਿ ਸਕਦੇ ਹਾਂ ਨਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸਾਨੂੰ ਸ਼ਬਦ ਨੂੰ ਗੁਰੂ ਬਣਾਉਣਾ ਪਏਗਾ ਤੇ ਜਿਹੜੀ ਸਾਡੀ ਸੁਰਤ ਹੈ ਉਹਨੂੰ ਚੇਲਾ ਬਣਾ ਕੇ ਤਾਂ ਹੀ ਅਸੀਂ ਜਿਹੜਾ ਅਕਾਲ ਪੁਰਖ ਪ੍ਰਭੂ ਪਰਮਾਤਮਾ ਨੂੰ ਖੁਸ਼ ਕਰ ਸਕਦੇ ਹਾਂ। ਤੇ ਬਾਕੀ ਦੇ ਜਿਹੜੇ ਪਦਾਰਥ ਨੇ ਜਿਵੇਂ ਕਿ ਗੁਰੂ ਪਾਤਸ਼ਾਹ ਕਹਿ ਰਹੇ ਨੇ ਦੱਦਾ ਦਾਤਾ ਏਕ ਹੈ ਦੂਸਰ, ਜਾਂ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਤੇ ਜਿਹੜੀਆਂ ਵੀ ਦਾਤਾ ਨੇ ਜਿੰਨੇ ਵੀ ਫਲ ਨੇ ਉਹ ਸਾਨੂੰ ਇੱਕ ਅਕਾਲ ਪੁਰਖ ਤੋਂ ਹੀ ਲੋਚਣੇ ਚਾਹੀਦੇ ਨੇ। ਸੋ ਅਸੀਂ ਇਸੇ ਚੀਜ਼ ਨੂੰ ਅੱਗੇ ਵਧਾਉਂਦੇ ਹੋਏ ਤੇ ਇਹ ਵੇਖਾਂਗੇ ਕਿ ਜਿਹੜਾ ਲੋਹੜੀ ਦਾ ਤਿਉਹਾਰ ਹੈ ਇਹ ਪੰਜਾਬ ਦੇ ਵਿੱਚ ਮੁੱਖ ਤੌਰ ਤੇ ਕਿਉਂ ਮਨਾਇਆ ਜਾਂਦਾ ਸੀ। ਪੰਜਾਬ ਤੋਂ ਭਾਵ ਜਿਹੜਾ ਕਿ ਆਜ਼ਾਦੀ ਤੋਂ ਪਹਿਲਾਂ ਪੰਜਾਬ ਸੀ, ਉਸ ਪੰਜਾਬ ਦੀ ਅਸੀਂ ਇੱਥੇ ਗੱਲ ਕਰ ਰਹੇ ਹਾਂ, ਕਿਉਂਕਿ ਜਿਹੜਾ ਇਹ ਤਿਉਹਾਰ ਹੈ ਇੱਕ ਜੇ ਕਿਸੇ ਨੇ ਇਸਨੂੰ ਧਾਰਮਿਕ ਰੂਪ ਵੀ ਦੇਣਾ ਹੋਵੇ ਤੇ ਦੇ ਸਕਦਾ ਹੈ, ਲੇਕਿਨ ਪਿਛਲੇ ਸਮੇਂ ਵਿੱਚ ਅਸੀਂ ਇਹ ਗੱਲ ਕਰ ਚੁੱਕੇ ਹਾਂ ਕਿ ਸਿੱਖਾਂ ਦੇ ਨਾਲ ਇਸ ਤਿਉਹਾਰ ਦਾ ਧਾਰਮਿਕ ਤੌਰ ਤੇ ਕੋਈ ਸੰਬੰਧ ਨਹੀਂ ਹੈ। ਜੇ ਸੱਭਿਆਚਾਰਕ ਤੌਰ ਤੇ ਜੇ ਕਿਸਾਨਾਂ ਦੇ ਖੁਸ਼ੀ ਦੇ ਤੌਰ ਉੱਪਰ ਜੇ ਕੋਈ ਵੀ ਇਹ ਚੀਜ਼ ਮਨਾ ਰਿਹਾ ਹੈ ਤੇ ਉਹ ਠੀਕ ਹੈ, ਲੇਕਿਨ ਸਿੱਖਾਂ ਦੇ ਨਾਲ ਇਸ ਗੁਰਮਤ ਸਿਧਾਂਤਾਂ ਦੇ ਨਾਲ ਇਸ ਚੀਜ਼ ਦਾ ਕੋਈ ਵੀ ਵਾਹ ਵਾਸਤਾ ਨਹੀਂ ਹੈ। ਪੰਜਾਬ ਵਿੱਚ ਪਾਕਿਸਤਾਨ ਵਾਲੇ ਪੰਜਾਬ ਆਪਾਂ ਨਾ ਅੱਜ ਇੱਕ ਹੋਰ ਵੇਖਦੇ ਹਾਂ ਕਿ ਸਾਡੇ ਨਾਲ ਕੀ ਹੋ ਰਹੀ ਹੈ। ਜੀ ਅਗਰ ਜੀ ਆਪਾਂ ਇਸਨੂੰ ਇੱਕ ਮੌਸਮੀ ਤਿਉਹਾਰ ਮੰਨ ਰਹੇ ਹਾਂ ਤੇ ਗੁਰਦੁਆਰੇ ਜਾ ਕੇ ਆਪਾਂ ਗੁਰੂ ਪਾਤਸ਼ਾਹ ਦੇ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਗੁਰੂ ਪਾਤਸ਼ਾਹ ਮੇਰੀ ਜਿਹੜੀ ਫਸਲ ਹੈ ਬਖਸ਼ਿਸ਼ ਕਰੀ ਕਿ ਮੇਰੀ ਫਸਲ ਜਿਹੜੀ ਹੈ ਉਹ ਇਸ ਸਾਲ ਚੰਗੀ ਹੋਵੇ, ਠੀਕ ਹੈ, ਕਿਸਾਨ ਗੁਰੂ ਪਾਤਸ਼ਾਹ ਦੇ ਅੱਗੇ ਜਾ ਕੇ ਇਹ ਅਰਦਾਸ ਕਰਦਾ ਹੈ। ਪਰ ਅੱਜ ਕੀ ਹੋ ਰਿਹਾ ਹੈ ਕਿ ਅੱਜ ਗੁਰਦੁਆਰਿਆਂ ਦੇ ਵਿੱਚ ਵੀ ਲੋਹੜੀ ਦੇ ਤਿਉਹਾਰ ਜਿਹੜੇ ਨੇ ਉਸ ਨਾਂ ਦੇ ਉੱਤੇ ਮਨਾਏ ਜਾ ਰਹੇ ਨੇ। ਦੀਵਾਨ ਦੇ ਵਿੱਚ ਖੜੇ ਹੋ ਕੇ ਅਰਦਾਸ ਕੀਤੀ ਜਾ ਰਹੀ ਹੈ ਲੋਹੜੀ ਦੀ, ਜੀ ਇਹ ਕਿੱਥੋਂ ਤੱਕ ਜਿਹੜਾ ਆ ਤੁਸੀਂ ਸਮਝ, ਇਵਨ ਕਿ ਸਾਡੇ ਘਰਾਂ ਦੇ ਵਿੱਚ ਵੀ ਸ਼ਾਮ ਨੂੰ ਆਪਾਂ ਅੱਗ ਬਾਲ ਕੇ ਉਸ ਅੱਗ ਦੇ ਆਲੇ ਦੁਆਲੇ ਉਹਦੇ ਵਿੱਚ ਉਹਦੀ ਪੂਜਾ ਕਰਦੇ ਹਾਂ ਕਿ ਇੱਕ ਸਿੱਖ ਦੇ ਸਿਧਾਂਤ ਦੇ ਬਿਲਕੁਲ ਉਲਟ ਨਹੀਂ, ਕਿ ਗੁਰੂ ਪਾਤਸ਼ਾਹ ਦਿੱਤੀ ਗਈ ਰਹਿਤ ਮਰਿਆਦਾ ਦੇ ਬਿਲਕੁਲ ਉਲਟ ਨਹੀਂ। ਹੁਣ ਇਸ ਚੀਜ਼ ਨੂੰ ਬਿਲਕੁਲ ਸੋਚਣਾ ਚਾਹੀਦਾ ਹੈ, ਅਕਲ ਨੂੰ ਹੱਥ ਮਾਰ ਕੇ ਵੇਖੀਏ ਕਿ ਆਪਾਂ ਸਾਨੂੰ ਗੁਰੂ ਆਪਾਂ ਕਿੱਥੇ ਖੜੇ ਸੀ ਤੇ ਗੁਰੂ ਪਾਤਸ਼ਾਹ ਨੇ ਸਾਨੂੰ ਉਸ ਜਗ੍ਹਾ ਤੋਂ ਕੱਢ ਕੇ ਇੱਕ ਇਹੋ ਜਿਹੀ ਦੁਨੀਆਂ ਦੇ ਵਿੱਚ ਲੈ ਕੇ ਆਏ ਜਿੱਥੇ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਦਾ ਨਾਮ ਹੀ ਸਹਾਰਾ ਹੈ। ਸਾਡਾ ਧਰਮ ਹੀ ਇਹ ਹੈ, ਸਾਡਾ ਤਿਉਹਾਰ ਹੀ ਇਹ ਹੈ ਕਿ
ਸਾਡਾ ਦਿਨ ਹੀ ਸ਼ੁਰੂ ਇੱਕ ਓਅੰਕਾਰ ਤੇ ਹੁੰਦਾ ਆ, ਸਾਡਾ ਦਿਨ ਹੀ ਸ਼ੁਰੂ ਜਪਜੀ ਸਾਹਿਬ ਦੇ ਪਾਠ ਤੇ ਹੁੰਦਾ ਹੈ ਤੇ ਸਾਡਾ ਦਿਨ ਹੀ ਖਤਮ ਸੋਹਿਲਾ ਸਾਹਿਬ ਦੇ ਪਾਠ ਤੇ ਹੁੰਦਾ ਹੈ। ਸਾਡਾ ਤਿਉਹਾਰ ਹੀ ਪਾਠ ਹੈ, ਸਾਡਾ ਤਿਉਹਾਰ ਹੀ ਉਸ ਅਕਾਲ ਪੁਰਖ ਦਾ ਨਾਮ ਹੈ। ਪਰ ਲੋਹੜੀ ਦੇ ਇਸ ਤਿਉਹਾਰ ਤੇ ਆ ਕੇ ਸਾਡੀ ਮੱਤਾਂ ਨੂੰ ਪਤਾ ਨੀ ਕਿਹੜੀ ਸਾਡੇ ਦਿਮਾਗ ਨੂੰ ਸਾਡੇ ਸੁਰਤ ਨੂੰ ਪਤਾ ਨੀ ਕਿਹੜੀ ਮੱਤ ਮਾਰੀ ਜਾਂਦੀ ਹੈ ਕਿ ਆਪਾਂ ਅੱਗ ਦੇ ਆਲੇ ਦੁਆਲੇ ਘੁੰਮ ਕੇ ਉਸ ਅੱਗ ਦੀ ਪੂਜਾ ਕਰਨ ਲੱਗ ਜਾਂਦੇ ਹਾਂ। ਇਹ ਤੇ ਇੱਕ ਗੁਰੂ ਪਾਤਸ਼ਾਹ ਦੇ ਨਿਰਾਦਰ ਕਰਨ ਦੀ ਗੱਲ ਹੋ ਗਈ ਨਾ, ਇਹ ਤੇ ਗੁਰੂ ਪਾਤਸ਼ਾਹ ਦੇ ਉਸ ਫਿਲੋਸਫੀ ਦੇ ਨਾ ਤੁਰਨ ਦੀ। ਤੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਹੁਣ ਮੈਂ ਗੁਰੂ ਪਾਤਸ਼ਾਹ ਦੀ ਫਿਲਾਸਫੀ ਤੁਰਨ ਦਾ ਯਤਨ ਕਰਾਂਗਾ, ਪਰ ਉਸ ਜਦੋਂ ਆਪਾਂ ਇਸ ਤਿਉਹਾਰ ਦੀ ਗੱਲ ਕਰਦੇ ਹਾਂ ਤੇ ਸ਼ਾਇਦ ਕਿਤੇ ਨਾ ਕਿਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਫਿੱਕੀਆਂ ਪੈ ਜਾਂਦੀਆਂ ਨੇ। ਹਾਂਜੀ, ਤੇ ਜਿਵੇਂ ਕਿ ਮੈਂ ਕਹਿ ਰਿਹਾ ਸੀ ਕਿ ਇਹ ਜਿਹੜਾ ਤਿਉਹਾਰ ਹੈ ਕਿ ਨਾ ਕੇਵਲ ਭਾਰਤ ਵਾਲੇ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਹੈ, ਇਹ ਜਿਹੜਾ ਤਿਉਹਾਰ ਹੈ ਪਾਕਿਸਤਾਨ ਵਾਲੇ ਵਿੱਚ ਹੀ ਮਨਾਇਆ ਜਾਂਦਾ ਹੈ। ਸੋ ਇਹ ਸਾਨੂੰ ਇਹ ਦਰਸਾਉਂਦਾ ਹੈ ਕਿ ਜਿਹੜਾ ਇਸ ਤਿਉਹਾਰ ਦੀ ਮਹਾਨਤਾ ਜਾਂ ਇਸ ਤਿਉਹਾਰ ਦੀ ਸਿਗਨੀਫਿਕੈਂਸ ਜਾਂ ਇਤਿਹਾਸਕ ਤੌਰ ਤੇ ਜੇ ਇਸ ਤਿਉਹਾਰ ਨੂੰ ਅਸੀਂ ਵਿਚਾਰਨ ਦੀ ਕੋਸ਼ਿਸ਼ ਕਰੀਏ ਨਾ, ਤੇ ਸਾਨੂੰ ਇਹ ਧਾਰਮਿਕ ਤੌਰ ਤੇ ਘੱਟ ਤੇ ਸੱਭਿਆਚਾਰਕ ਤੌਰ ਤੇ ਜ਼ਿਆਦਾ ਵੇਖਣ ਨੂੰ ਮਿਲਦਾ ਹੈ, ਕਿਉਂਕਿ ਜਿਹੜਾ ਇਸਦਾ ਇਤਿਹਾਸਕ ਪਿਛੋਕੜ ਹੈ ਉਹ ਇਸੇ ਤਰ੍ਹਾਂ ਦਾ ਹੈ ਕਿ ਅਸੀਂ ਆਪਣੇ ਘਰਾਂ ਵਿੱਚ ਜਾਂ ਕਿਤੇ ਵੀ ਤੁਸੀਂ ਸੁਣਿਆ ਹੋਏਗਾ ਨਾ, ਇਹ ਗੀਤ ਇਸ ਤਰ੍ਹਾਂ ਦਾ ਹੈ ਜੀ, ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਪੱਟੀ ਵਾਲਾ ਹੋ, ਦੁੱਲੇ ਧੀ ਵਿਆਈ ਹੋ, ਸ਼ੇਰ ਸ਼ੱਕਰ ਪਾਈ ਹੋ। ਹੁਣ ਇੱਥੇ ਤਿੰਨ ਜਣਿਆਂ ਦਾ ਨਾਂ ਇਸ ਗੀਤ ਦੇ ਵਿੱਚ ਲਿਆ ਗਿਆ ਹੈ। ਸੋ ਇਹ ਇਤਿਹਾਸ ਇਸ ਪ੍ਰਕਾਰ ਹੈ ਕਿ ਜਿਹੜਾ ਦੁੱਲਾ ਪੱਟੀ ਵਾਲਾ ਸੀ ਇੱਕ ਡਾਕੂ ਸੀ ਅਕਬਰ ਬਾਦਸ਼ਾਹ ਦੇ ਟਾਈਮ ਦਾ, ਤੇ ਉਹ ਡਾਕੂ ਵੀ ਇੰਜ ਬਣਿਆ ਸੀ ਕਿ ਜਿਹੜੀ ਉਸ ਸਮੇਂ ਦੀ ਸਰਕਾਰ ਸੀ ਲੋਕਾਂ ਦੇ ਹਿੱਤਾਂ ਦੀ ਨਹੀਂ ਸੀ, ਲੋਕਾਂ ਦੇ ਹੱਕਾਂ ਦੀ ਰਾਖੀ ਨਹੀਂ ਸੀ ਕਰਦੀ ਤੇ ਲੋਕਾਂ ਨੂੰ ਜਿਹੜਾ ਬੜਾ ਤੰਗ ਕਰਦੀ ਸੀ। ਸੋ ਜੋ ਅਸੀਂ ਇੱਥੇ ਗੀਤ ਵਿਚਾਰਿਆ ਹੈ ਉਸ ਗੀਤ ਦਾ ਜਿਹੜਾ ਇਤਿਹਾਸ ਕਈ ਵਿਦਵਾਨ ਇਸ ਪ੍ਰਕਾਰ ਦੱਸਦੇ ਨੇ ਕਿ ਜਿਹੜਾ ਇੱਕ ਦੋ ਸੁੰਦਰ ਤੇ ਮੁੰਦਰੀਆਂ ਦੋ ਜਿਹੜੇ ਬ੍ਰਾਹਮਣ ਦੀ ਧੀਆਂ ਸਨ, ਬਹੁਤ ਖੂਬਸੂਰਤ ਸਨ, ਤੇ ਜਿਹੜਾ ਉੱਥੇ ਦਾ ਰਾਜਾ ਸੀ ਜਾਂ ਉੱਥੇ ਦਾ ਜਿਹੜਾ ਸੂਬੇ ਦਾ ਜਿਹੜਾ ਅਧਿਕਾਰੀ ਸੀ ਉਸਨੂੰ ਜਿਹੜੀਆਂ ਉਹ ਦੋ ਧੀਆਂ ਬ੍ਰਾਹਮਣ ਦੀਆਂ ਪਸੰਦ ਆ ਗਈਆਂ ਸਨ ਤੇ ਜ਼ਬਰਦਸਤੀ ਉਹਨਾਂ ਨੂੰ ਉਹ ਚੱਕ ਕੇ ਲੈ ਗਿਆ। ਤੇ ਜਿਹੜਾ ਦੁੱਲਾ ਪੱਟੀ ਵਾਲਾ ਸੀ ਉਹ ਲੋਕਾਂ ਦਾ ਹਿਮਾਇਤੀ ਸੀ ਤੇ ਲੋਕਾਂ ਦੀ ਬੜੀ ਸੇਵਾ ਕਰਦਾ ਸੀ, ਤੇ ਉਹ ਜਿਹੜਾ ਬ੍ਰਾਹਮਣ ਸੀ ਉਹ ਦੁੱਲਾ ਪੱਟੀ ਵਾਲੇ ਕੋਲ ਗਿਆ ਤੇ ਇਹ ਆਪਣੀ ਜਿਹੜੀ ਦਾਸਤਾਨ ਹੈ ਉਹਨੂੰ ਦੱਸਣ ਲੱਗਿਆ, ਤੇ ਦੁੱਲੇ ਪੱਟੀ ਵਾਲੇ ਨੇ ਜਿਹੜਾ ਅਸੀਂ ਕਹਿ ਲਈਏ ਬ੍ਰਾਹਮਣ ਦੀ ਧੀਆਂ ਨੂੰ ਛੁਡਵਾ ਕੇ ਉਹਨਾਂ ਦਾ ਵਿਆਹ ਕਰਕੇ ਫਿਰ ਉਸੇ ਤੋਂ ਜਿਹੜਾ ਇਹ ਜਿਹੜੀਆਂ ਚੀਜ਼ਾਂ ਨੇ ਇੱਕ ਸਿਧਾਂਤ ਇੱਕ ਸਿੰਬੋਲਿਕਲੀ ਇਸ ਨੂੰ ਦਰਸਾਉਂਦੀਆਂ ਨੇ ਕਿ ਜਿਹੜਾ ਦੁੱਲੇ ਪੱਟੀ ਵਾਲੇ ਨੇ ਦੋ ਬ੍ਰਾਹਮਣ ਦੀਆਂ ਧੀਆਂ ਇੱਕ ਜਲਾਦ ਕੋਲੋਂ ਛੁਡਵਾਈਆਂ ਸਨ। ਤੇ ਮੈਨੂੰ ਉਮੀਦ ਹੈ ਕਿ ਵੀਰ ਜੀ ਹੋਰਾਂ ਕੋਲ ਵੀ ਜਿਹੜਾ ਇਤਿਹਾਸ ਹੈ ਇੱਕ ਇਸੇ ਇਤਿਹਾਸ ਦਾ ਇੱਕ ਹੋਰ ਪੱਖ ਜੋ ਕਿ ਇਤਿਹਾਸਕ ਦ੍ਰਿਸ਼ਟੀਕੋਣ ਦੇ ਮੁਹਤਾਜ ਹੈ ਜੀ, ਵੀਰ ਜੀ ਹੋਰ ਹੀ ਦੱਸਣਗੇ ਜੀ। ਵੀਰ ਜੀ ਜਿਹੜੀ ਹੁਣ ਜਿਹੜੀ ਦੱਸੀ ਹੈ ਨਾ, ਜਿਹੜੀ ਤੁਸੀਂ ਕਿਹਾ ਇੱਕ ਕਹਾਣੀ ਟਾਈਪ ਦੇ ਵਿੱਚ ਜਦੋਂ ਇੱਕ ਜਿਹੜਾ ਇੱਕ ਸੌਂਗ ਟਾਈਪ ਜਾਂ ਗਾਣਾ ਟਾਈਪ ਜਿਹੜਾ ਬਣਾਇਆ ਗਿਆ ਉਹਦੇ ਵਿੱਚ ਜਿਹੜੀ ਕਈ ਇਤਿਹਾਸਿਕ ਇਹ ਵੀ ਕਈ ਜਿਹੜੇ ਕਹਾਣੀਆਂ ਉਹਦੇ ਵਿੱਚ ਇਹ ਵੀ ਆਉਂਦਾ ਹੈ ਕਿ ਸੁੰਦਰੀ ਜਿਹੜੀ ਹੈ ਉਹ ਇੱਕ ਕੁੜੀ ਸੀ ਤੇ ਉਹ ਗਜੀਬਾਰ ਦਾ ਇੱਕ ਇਲਾਕਾ ਜਿਹੜਾ ਪਾਕਿਸਤਾਨ ਦੇ ਵਿੱਚ ਆਉਂਦਾ ਹੈ ਉੱਥੇ ਦੀ ਉਹ ਰਹਿਣ ਵਾਲੀ ਸੀ ਤੇ ਇੱਕ ਬ੍ਰਾਹਮਣ ਦੀ ਧੀ ਸੀ। ਉੱਥੇ ਜਿੱਦਾਂ ਜਿਹੜਾ ਮੈਂ ਪੜਿਆ ਉਹਦੇ ਵਿੱਚ ਮੁੰਦਰੀ ਦਾ ਮੈਨੂੰ ਕੋਈ ਜ਼ਿਕਰ ਨਹੀਂ ਮਿਲਿਆ ਤੇ ਕਿਤੇ ਨਾ ਕਿਤੇ ਹੁਣ ਇਹ ਕਲੀਅਰੈਂਸ ਵੀ ਇਸ ਚੀਜ਼ ਦੇ ਵਿੱਚ ਨਹੀਂ ਹੈ ਤੇ ਅੱਗ ਦੇ ਵਿੱਚ ਹੁਣ ਤਿਲ ਜਾਂ ਫਿਰ ਉਹ ਚੀਜ਼ ਕਿਉਂ ਰੇਵੜੀ ਜਾਂ ਹੋਰ ਚੀਜ਼ ਕਿਉਂ ਪਾਈਆਂ ਜਾਂਦੀਆਂ ਨੇ, ਅੱਗ ਦੇ ਵਿੱਚ ਤਿਲ ਇਸ ਲਈ ਪਾਇਆ ਜਾਂਦਾ ਜਾਂ ਅੱਗ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸੁੱਕੇ ਜਿਹੜੇ ਚਾਵਲ ਨੇ ਉਹ ਕਿਉਂ ਪਾਏ ਜਾਂਦੇ ਨੇ, ਕਿਉਂਕਿ ਉਹਨੇ ਦੁੱਲਾ ਪੱਟੀ ਵਾਲੇ ਨੇ ਆਪਣੀ ਉਹਨੂੰ ਐਜ਼ ਆਪਣੀ ਧੀ ਮੰਨ ਕੇ ਉਸ ਸੁੰਦਰੀ ਜਿਹੜਾ ਵਿਆਹ ਕੀਤਾ ਤੇ ਐਂਡ ਦੇ ਵਿੱਚ ਉਸਨੂੰ ਦਾਜ ਦੇ ਵਿੱਚ ਉਹਦੇ ਕੋਲ ਦੇਣ ਦੇ ਲਈ ਕੁਛ ਨਹੀਂ ਸੀ ਪਰ ਉਹਨੂੰ ਸ਼ਗੁਨ ਦੇ ਤੌਰ ਤੇ ਉਹਨੂੰ ਸ਼ੱਕਰ ਤੇ ਜਿਹੜੀ ਗੁੜ ਹੈ ਉਹਦੇ ਸ਼ੱਕਰ ਤਿਲ ਤੇ ਗੁੜ ਉਹਦੇ ਹੱਥ ਦੇ ਵਿੱਚ ਥਮਾ ਕੇ ਉਹਨੂੰ ਵਿਦਾ ਕੀਤਾ ਸੀ। ਤੇ ਇਹ ਕਿਤੇ ਨਾ ਕਿਤੇ ਰੈਲੀਵੈਂਟ ਤੇ ਇਤਿਹਾਸ ਜਿਹੜਾ ਹੈ ਉਹ ਨਹੀਂ ਹੈ, ਰੈਲੀਵੈਂਟ ਇਹ ਚੀਜ਼ਾਂ ਨਹੀਂ ਨੇ ਕਿਉਂਕਿ ਕਿਤੇ ਸੁੰਦਰੀ ਦਾ ਹੀ ਨਾਂ ਆਉਂਦਾ ਹੈ ਕਿਤੇ ਮੁੰਦਰੀ ਦਾ ਹੀ ਨਾਂ ਆਉਂਦਾ ਹੈ। ਉਹਦੇ ਸਾਨੂੰ ਵੈਸੇ ਵੀ ਇਸ ਚੀਜ਼ ਨੂੰ ਡਿਸਕਸ਼ਨ ਕਰਨੀ ਹੀ ਨਹੀਂ ਚਾਹੀਦੀ ਕਿਉਂਕਿ ਜਦੋਂ ਆਪਾਂ ਇਸ ਚੀਜ਼ ਦੇ ਉੱਤੇ ਗੱਲ ਕਰਦੇ ਹਾਂ ਨਾ ਤੇ ਫਿਰ ਮੈਨੂੰ ਲੱਗਦਾ ਹੈ ਕਿ ਦੂਰ ਦੂਰ ਤੱਕ ਇਹਦਾ ਸੰਬੰਧ ਜਿਹੜਾ ਹੈ ਨਾ ਸਿੱਖ ਧਰਮ ਨਾਲ ਹੈ ਹੀ ਨਹੀਂ ਤੇ ਆਪਾਂ ਡਿਸਕਸ਼ਨ ਹੀ ਇਸ ਚੀਜ਼ ਉੱਤੇ ਕਿਉਂ ਕਰ ਰਹੇ ਹਾਂ ਕਿ ਸੁੰਦਰ ਜਾਂ ਮੁੰਦਰੀ ਦੀ ਜਿਹੜੀ ਕਹਾਣੀ ਹੈ ਉਹਦੇ ਉੱਪਰ ਡਿਸਕਸ਼ਨ ਕਰਨੀ ਹੀ ਨਹੀਂ ਚਾਹੀਦੀ। ਤੇ ਮਤ ਵੀ ਸਾਡੇ ਦੇਖੋ ਮਾਰੀ ਕਿਹੜੀ ਸਾਡੀ ਮਤ ਵੀ ਕੀ ਮਾਰੀ ਗਈ ਹੈ ਕਿ ਆਪਾਂ ਖੜੇ ਹੋ ਕੇ ਵੀ ਅੱਗ ਦੇ ਸਾਹਮਣੇ ਗਾਣੇ ਵੀ ਇਹੀ ਗਾ ਰਹੇ ਹਾਂ ਸੁੰਦਰ ਮੁੰਦਰੀਏ। ਹੁਣ ਤੁਸੀਂ ਆਪ ਦੇਖੋ ਇਹ ਸਾਡੀ ਮਤ ਹੈ, ਇਹ ਸਾਡੀ ਜਿਹੜੀ ਸਭ ਤੋਂ ਦੂਰ ਹੋ ਚੁੱਕੀ ਹੈ। ਹੁਣ ਇੱਕ ਚੀਜ਼ ਹੋਰ ਹੈ ਵੀਰ ਜੀ, ਜਦੋਂ ਤੁਸੀਂ ਉਹਨੇ ਗੱਲ ਕੀਤੀ ਨਾ ਸੁੰਦਰ ਮੁੰਦਰੀ, ਇੱਕ ਚੀਜ਼ ਮੈਨੂੰ ਹੋਰ ਚੇਤੇ ਆਈ ਕਿ
ਪੰਜਾਬ ਦੇ ਵਿੱਚ ਕੀ ਹੁੰਦਾ ਨਾ ਕਿ ਪੰਜਾਬ ਦੇ ਵਿੱਚ ਮੁੰਡੇ ਦੇ ਨਾਂ ਦੇ ਉੱਤੇ ਲੋਹੜੀ ਵੰਡੀ ਜਾਂਦੀ ਹੈ, ਮੁੰਡੇ ਦੇ ਨਾਂ ਦੇ ਉੱਤੇ ਪੰਜਾਬ ਦੇ ਵਿੱਚ ਲੋਹੜੀ ਵੰਡੀ ਜਾਂਦੀ ਹੈ, ਕਿਸੇ ਘਰ ਦੇ ਵਿੱਚ ਕਿਸੇ ਮੁੰਡੇ ਦਾ ਵਿਆਹ ਹੋਵੇ ਲੋਹੜੀ ਵੰਡੀ ਜਾਂਦੀ ਹੈ, ਕਿਸੇ ਘਰ ਦੇ ਵਿੱਚ ਕਿਸੇ ਆਪਾਂ ਕਹਿੰਦੇ ਹਾਂ ਕਿ ਕੋਈ ਪੋਤਾ ਪੈਦਾ ਹੋਵੇ ਲੋਹੜੀ ਵੰਡੀ ਜਾਂਦੀ ਹੈ, ਪੁੱਤ ਪੈਦਾ ਹੋਵੇ ਲੋਹੜੀ ਵੰਡੀ ਜਾਂਦੀ ਹੈ, ਪਰ ਅਗਰ ਧੀ ਪੈਦਾ ਹੋਵੇ ਤਾਂ ਲੋਹੜੀ ਨਹੀਂ ਵੰਡੀ ਜਾਂਦੀ। ਇਹ ਇੱਕ ਡਿਸਕ੍ਰਿਮੀਨੇਸ਼ਨ ਦੇ ਹਿਸਾਬ ਨਾਲ ਵੇਖਿਆ ਜਾਂਦਾ ਹੈ। ਪਿਛਲੇ ਕੁਛ ਸਾਲਾਂ ਤੋਂ ਜਦੋਂ ਆਪਾਂ ਟੀਵੀ ਦੇ ਉੱਤੇ ਵੇਖਦੇ ਹਾਂ ਨਾ, ਤੇ ਇੱਕ ਚੀਜ਼ ਸਾਹਮਣੇ ਆਉਂਦੀ ਹੈ, ਉਹ ਕਹਿੰਦੇ ਨੇ ਕਿ ਆਪਾਂ ਸਿਰਫ ਮੁੰਡਿਆਂ ਦੀ ਹੀ ਲੋਹੜੀ ਕਿਉਂ ਮਨਾ ਰਹੇ ਹਾਂ, ਧੀਆਂ ਦੀ ਲੋਹੜੀ ਕਿਉਂ ਕਿਉਂ ਨਹੀਂ ਮਨਾ ਰਹੇ। ਟੀਵੀ ਦੇ ਵਿੱਚ ਇਹ ਚੀਜ਼ ਜਿਹੜੀ ਹੈ ਐਡ ਦੇ ਵਿੱਚ ਦਰਸਾਈ ਜਾਂਦੀ ਹੈ। ਜਦੋਂ ਜਿਹੜੀ ਗੁਰਬਾਣੀ ਸਾਨੂੰ ਦੋਹਾਂ ਨੂੰ ਕਿਤੇ ਨਾ ਕਿਤੇ, ਜਿਹੜੀ ਗੁਰਬਾਣੀ ਦਾ ਜਿਹੜਾ ਤੱਤ ਹੈ ਕਿਤੇ ਨਾ ਕਿਤੇ ਪੂਰਾ ਹੀ ਫੈਮਿਨਿਜ਼ਮ ਦੇ ਉੱਤੇ ਹੀ ਡਿਪੈਂਡ ਕਰਦਾ ਹੈ, ਜਿਹਨੂੰ ਜਿਹੜੀ ਕਿ ਸਾਨੂੰ ਇੱਕ ਉਸ ਅਕਾਲ ਪੁਰਖ ਦੀ ਪਤਨੀਆਂ ਕਹਿ ਕੇ ਦਰਸਾਉਂਦਾ ਹੈ। ਜਿਹੜਾ ਗੁਰਬਾਣੀ ਦੀ ਫਿਲੋਸਫੀ ਜਿਹੜੀ ਪੂਰੀ ਕਿਤੇ ਨਾ ਕਿਤੇ ਸਾਨੂੰ ਇਹ ਦੱਸਦੀ ਹੈ ਕਿ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਉਹ ਉਹਦੇ ਵਿੱਚ ਜੈਂਡਰ ਨਹੀਂ ਹੋਣੀ ਚਾਹੀਦੀ। ਮਾਤਾਵਾਂ ਦਾ ਵੀ ਓਨਾ ਹੀ, ਮੇਰੀਆਂ ਭੈਣਾਂ ਦਾ ਵੀ ਓਨਾ ਹੀ ਸਤਿਕਾਰ ਹੋਣਾ ਚਾਹੀਦਾ ਹੈ ਜਿੰਨਾ ਇੱਕ ਇਹਦਾ ਇੱਕ ਪੁਰਸ਼ ਦਾ ਹੁੰਦਾ ਹੈ। ਕਿਉਂਕਿ ਜਦੋਂ ਤੱਕ ਪੁਰਸ਼ ਤੇ ਜਿਹੜੀਆਂ ਮਾਤਾਵਾਂ ਨੇ, ਪੁਰਸ਼ ਤੇ ਇਸਤਰੀ ਜਦੋਂ ਤੱਕ ਇੱਕ ਸਾਥ ਆ ਕੇ ਨਹੀਂ, ਇਸ ਧਰਤੀ ਦੇ ਉੱਤੇ ਇੱਕ ਸਾਥ ਆ ਕੇ ਨਹੀਂ ਰਹਿਣਗੇ, ਉਦੋਂ ਤੱਕ ਇਸ ਧਰਤੀ ਦਾ ਜਿਹੜਾ ਸੰਤੁਲਨ ਹੈ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ। ਤਾਂ ਕਰਕੇ ਗੁਰਬਾਣੀ ਨੇ ਦੋਹਾਂ ਨੂੰ ਇੱਕ ਹੀ ਸਟੇਜ ਦੇ ਉੱਤੇ ਆ ਕੇ ਖੜਾ ਕਰ ਦਿੱਤਾ ਹੈ ਕਿ ਇਹ ਦੋਵੇਂ ਹੀ ਇਕੁਅਲ ਨੇ, ਇਹਨਾਂ ਦੋਵੇਂ ਦੇ ਵਿੱਚ ਕਦੇ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ। ਪਰ ਜਦੋਂ ਆਪਾਂ ਪੰਜਾਬ ਦੇ ਵਿੱਚ ਇਸ ਲੋਹੜੀ ਦੇ ਤਿਉਹਾਰ ਨੂੰ ਵੇਖਦੇ ਹਾਂ ਤੇ ਕਿਤੇ ਨਾ ਕਿਤੇ ਸਾਨੂੰ ਇਹਦਾ ਡਿਸਕ੍ਰਿਮੀਨੇਸ਼ਨ ਇਹ ਚੀਜ਼ ਵਿਖਦੀ ਹੈ ਤੇ ਕੀ ਇਹ ਗੁਰਬਾਣੀ ਦੇ ਅਨੁਕੂਲ ਬਿਲਕੁਲ ਸਹੀ ਹੈ ਕਿ ਗੁਰਬਾਣੀ ਦੀ ਕਸਫੱਟੀ ਦੇ ਉੱਤੇ ਆਪਾਂ ਇਸ ਚੀਜ਼ ਨੂੰ ਤੋਲ ਕੇ ਇਹ ਚੀਜ਼ ਦੱਸ ਸਕਦੇ ਹਾਂ ਕਿ ਇਹ ਚੀਜ਼ ਗੁਰਬਾਣੀ ਦੇ ਅਨੁਕੂਲ ਸਹੀ ਹੈ? ਬਿਲਕੁਲ ਨਹੀਂ। ਤੇ ਜਿਹੜੀ ਆਪਾਂ ਅੱਜ ਗੱਲਾਂ ਕੀਤੀਆਂ ਨੇ ਨਾ ਵੀਰ ਜੀ, ਉਹਨਾਂ ਗੱਲਾਂ ਤੋਂ ਇਹ ਚੀਜ਼ ਸਿੱਧ ਹੁੰਦੀ ਹੈ ਤੇ ਉਹਨਾਂ ਇਸ ਵਿਚਾਰਾਂ ਤੋਂ ਇਹ ਚੀਜ਼ ਸਿੱਧ ਹੁੰਦੀ ਹੈ ਕਿ ਕਿਤੇ ਨਾ ਕਿਤੇ ਸਾਡੇ ਜਿਹੜੇ ਨੌਜਵਾਨ ਨੇ, ਸਾਡੇ ਜਿਹੜੇ ਬਜ਼ੁਰਗ ਨੇ, ਉਹਨਾਂ ਦੇ ਵਿੱਚ ਇੱਕ ਘਾਟ ਹੈ ਕਿ ਆਪਸ ਦੇ ਵਿੱਚ ਬਹਿ ਕੇ ਗੱਲ ਨਹੀਂ ਕਰਦੇ। ਜਦੋਂ ਆਪਾਂ ਕਿਸੇ ਵੀ ਸਿੱਖ ਨੂੰ ਇਹ ਚੀਜ਼ ਪੁੱਛ ਲਵਾਂਗੇ ਕਿ ਤੁਸੀਂ ਲੋਹੜੀ ਕਿਉਂ ਮਨਾਉਂਦੇ ਹੋ, ਤੁਹਾਨੂੰ ਪਤਾ ਉਸ ਸਿੱਖ ਦਾ ਜਵਾਬ ਕੀ ਹੋਵੇਗਾ? ਉਸ ਸਿੱਖ ਦਾ ਜਵਾਬ ਇੰਨਾ ਹੀ ਹੋਵੇਗਾ ਕਿ ਇਹ ਸੀਨਾ ਪਸੀਨਾ ਚੱਲਦੀ ਆਈ ਇੱਕ ਚੀਜ਼ ਹੈ, ਜਦੋਂ ਜਿਹੜਾ ਅਸੀਂ ਆਪਣੇ ਕੰਧੇ ਉੱਤੇ ਢੋ ਰਹੇ ਹਾਂ, ਅੱਜ ਵੀ ਢੋ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਢੋਵਾਂਗੇ, ਜਦੋਂ ਤੱਕ ਇਹਦੀ ਅਵੇਅਰਨੈਸ, ਜਦੋਂ ਤੱਕ ਇਹਦੇ ਬਾਰੇ ਖੁੱਲ੍ਹ ਕੇ ਆਪਾਂ ਹਰ ਇੱਕ ਸਟੇਜ, ਹਰ ਇੱਕ ਪਲੇਟਫਾਰਮ ਉੱਤੇ ਨਹੀਂ ਬੋਲਾਂਗੇ ਕਿ ਨਹੀਂ ਇਸ ਇੱਕ ਮੌਸਮੀ ਤਿਉਹਾਰ, ਸਾਡੇ ਪੰਥ ਦੇ ਨਾਲ, ਸਾਡੇ ਧਰਮ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ। ਹਾਂਜੀ ਇੱਕ ਗੱਲ ਹੋਰ ਚੇਤੇ ਆ ਰਹੀ ਹੈ ਕਿ ਜਦੋਂ ਇਹ ਦਿਨ ਮਨਾਇਆ ਜਾਂਦਾ ਨਾ, ਫਿਰ ਮਤਲਬ ਆਂਢ ਗੁਆਂਢ ਦੇ ਜਿਹੜੇ ਲੋਕ ਨੇ ਸਾਰਿਆਂ ਕੋਲੋਂ ਬਾਲਣੇ ਇਕੱਠਾ ਕਰਕੇ ਨਾ, ਫਿਰ ਅੱਗ ਦੇ ਦੁਆਲੇ ਖੜਾ ਹੋ ਕੇ ਇਹ ਵੀ ਸ਼ਬਦ ਉਚਾਰਦੇ ਨੇ, ਈਸ਼ਰ ਆਏ ਦਲਿੰਦਰ ਜਾਏ, ਦਲਿੰਦਰ ਦੀ ਜੜ ਚੁੱਲੇ ਪਾਏ। ਹੁਣ ਜਿਹੜਾ ਇਹਦੇ ਜਿਹੜੇ ਸ਼ਬਦਾਰਥ ਨੇ, ਅਸੀਂ ਇਸ ਪ੍ਰਕਾਰ ਵੇਖ ਸਕਦੇ ਹਾਂ ਕਿ ਜਿਹੜਾ ਈਸ਼ਰ ਹੈ ਉਹਦਾ ਭਾਵ ਖੁਸ਼ਹਾਲੀ ਹੁੰਦਾ ਹੈ ਤੇ ਦਲਿੰਦਰ ਤੋਂ ਭਾਵ ਮੰਦਹਾਲੀ ਤੇ ਅਤੇ ਗਰੀਬੀ ਹੁੰਦਾ ਹੈ। ਸੋ ਸਿੱਖ ਦੇ ਲਈ ਤੁਸੀਂ ਬਿਲਕੁਲ ਤੁਸੀਂ ਸਹੀ ਇਸ ਚੀਜ਼ ਬਾਰੇ ਕਹਿ ਰਹੇ, ਕਿਉਂਕਿ ਦੇਖੋ ਠੰਡ ਦੀ ਰੁੱਤ ਹੈ, ਠੰਡ ਦੀ ਰੁੱਤ ਦੇ ਵਿੱਚ ਕੀ ਹੁੰਦਾ ਕਿ ਜਦੋਂ ਇੱਕ ਸੋਸਾਇਟੀ ਵਿੱਚ ਆਪਾਂ ਰਹਿ ਰਹੇ ਹਾਂ ਨਾ, ਤੇ ਉਹਦੇ ਵਿੱਚ ਕੀ ਹੈ ਕਿ ਲੋਕ ਆਪਸ ਦੇ ਵਿੱਚ ਆ ਕੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਅੱਗ ਬਾਲਣ, ਜਿਹੜੀ ਬਾਲਣ ਹੈ ਉਹ ਇਕੱਠੀਆਂ ਕਰਕੇ ਇੱਕ ਜਗ੍ਹਾ ਤੇ ਅੱਗ ਬਾਲਦੇ ਨੇ ਤੇ ਅੱਗ ਬਾਲ ਕੇ ਉੱਥੇ ਬਹਿ ਕੇ ਆਪਣੇ ਜਿਹੜੇ ਦੁੱਖ ਸੁੱਖ ਨੇ ਉਹ ਸਾਂਝੇ ਕਰਦੇ ਨੇ। ਸਿਆਲ ਦੇ ਮੌਸਮ ਵਿੱਚ ਕੁਛ ਜਦੋਂ ਠੰਡ ਜ਼ਿਆਦਾ ਹੁੰਦੀ ਹੈ ਤੇ ਸਾਰੇ ਬਹਿ ਕੇ ਇੱਕ ਸਾਥ ਇੱਕ ਨਾਚ ਗਾਣਾ ਕਰਦੇ ਨੇ, ਇੱਕ ਭੰਗੜਾ ਪਾਉਂਦੇ ਨੇ, ਜਦੋਂ ਆਪਾਂ ਕਹਿੰਦੇ ਹਾਂ ਕਿ ਆਪਣੇ ਗੱਲਾਂ ਬਾਤਾਂ ਕਰਦੇ ਨੇ, ਵਿਚਾਰ ਵਟਾਂਦਰਾ ਕਰਦੇ ਨੇ, ਤੇ ਕਿਤੇ ਨਾ ਕਿਤੇ ਉਹ ਜਿਹੜੀ ਚੀਜ਼ ਹੈ ਸੋਸਾਇਟੀਕਲ ਤੌਰ ਤੇ ਬਿਲਕੁਲ ਸਹੀ, ਇੱਕ ਸੋਸਾਇਟੀ ਦੇ ਵਿੱਚ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਕਿ ਜਦੋਂ ਆਪਾਂ ਬਹਿੰਦੇ ਹਾਂ ਨਾ ਕਿਸੇ ਜਗ੍ਹਾ ਦੇ ਉੱਤੇ, ਦੂਜੇ ਬੰਦੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰਦੇ ਹਾਂ, ਗੱਲਬਾਤ ਕਰਦੇ ਹਾਂ, ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੇ ਨੇ। ਤੇ ਇਹਦੇ ਇਹਦਾ ਵੀ ਕਿਤੇ ਨਾ ਕਿਤੇ ਇਹੀ ਪਿਛੋਕੜ ਸੀ ਕਿ ਉਸ ਟਾਈਮ ਦੇ ਵਿੱਚ ਜਿਹੜੇ ਲੋਕ ਸੀ ਉਹ ਬਾਲਣ ਇਕੱਠਾ ਕਰਕੇ ਇੱਕ ਜਗ੍ਹਾ ਦੇ ਵਿੱਚ ਇਕੱਠੇ ਹੁੰਦੇ ਸੀ ਸਾਰੇ, ਤੇ ਜਗ੍ਹਾ ਦੇ ਵਿੱਚ ਇਕੱਠੇ ਹੋ ਕੇ ਨਾਚ ਗਾਣਾ ਕਰਦੇ ਸੀ, ਭੰਗੜਾ ਪਾਉਂਦੇ ਸੀ, ਜਿਹਨੂੰ ਤਰ੍ਹਾਂ ਤਰ੍ਹਾਂ ਦੇ ਜਿਹੜੇ ਗਾਣੇ ਆ, ਤਰ੍ਹਾਂ ਤਰ੍ਹਾਂ ਦੇ ਜਿਹੜੇ ਸੌਂਗ ਹੈ ਉਹਨੂੰ ਵਿਚਾਰਦੇ ਸੀ, ਆਪਣੀ ਜਿਹੜੀ ਇੱਕ ਨਾਲ ਗੱਲਾਂ ਬਾਤਾਂ ਕਰਦੇ ਸੀ, ਦੁੱਖ ਸੁੱਖ ਸਾਂਝੇ ਕਰਦੇ ਸੀ, ਤੇ ਉਹਦੇ ਨਾਲ ਉਹਨਾਂ ਜਿਹੜਾ ਦਿਲ ਸੀ ਉਹ ਕਿਤੇ ਨਾ ਕਿਤੇ ਹਲਕਾ ਹੁੰਦਾ ਸੀ, ਤੇ ਸਿਆਲ ਦੇ ਟਾਈਮ ਦੇ ਵਿੱਚ ਠੰਡ ਹੁੰਦੀ ਸੀ, ਠੰਡ ਨੂੰ ਦੂਰ ਕਰਨ ਦਾ, ਇੱਕ ਅੱਗ ਬਾਲਣ ਬਣ ਕੇ ਸਾਰੇ ਦੇ ਇਰਦ ਗਿਰਦ ਹੋ ਕੇ ਬੈਠਣ ਦਾ ਇੱਕ ਚੰਗਾ ਤਰੀਕਾ ਸੀ, ਜਿਹਨੂੰ ਲੋਕ ਜਿਹੜੇ ਨੇ ਉਸ ਟਾਈਮ ਦੇ ਲੋਕ ਜਿਹੜੇ ਨਿਭਾਉਂਦੇ ਸੀ। ਪਰ ਅੱਜ ਕਿਤੇ ਨਾ ਕਿਤੇ ਇਸ ਚੀਜ਼ ਦਾ ਇੱਕ ਡਿਫਰੈਂਸ ਇਹ ਆ ਚੁੱਕਿਆ ਕਿ ਆਪਾਂ ਉਸ ਚੀਜ਼ ਤੋਂ ਦੂਰ ਹੁੰਦੇ 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 ਕਿਤੇ ਨਾ ਕਿਤੇ ਇਹਦੇ ਵਾਲੇ ਪਾਸੇ, ਮੰਨਤ ਵਾਲੇ ਪਾਸੇ ਆਪਣੇ ਇਤਿਹਾਸ ਤੋਂ ਤੇ ਆਪਣੇ ਧਾਰਮਿਕ ਸਿਧਾਂਤਾਂ ਤੋਂ ਦੂਰ ਹੋ ਚੁੱਕੇ ਹਨ। ਸੋ ਵਿਜੀ ਹੋਰਾਂ ਨੇ ਜਿਵੇਂ ਕਿਹਾ ਕਿ ਰੋਣ ਤੋਂ ਪਹਿਲਾਂ ਕਿ ਜਿਹੜੇ ਉਸ ਸਮੇਂ ਜਿਹੜੇ ਉਹ ਸ਼ਬਦ ਨੇ ਉਹ ਉਚਾਰੇ ਗਏ ਨੇ ਤੇ ਗੁਰਬਾਣੀ ਦੇ ਵਿੱਚ ਜਿਹੜੇ ਫਰਮਾਨ ਸਾਨੂੰ ਮਿਲਦੇ ਨੇ ਨਾ, ਮਿਟੇ ਕਲੇਸ਼ ਸੁਖੀ ਹੋਏ ਰਹੀ ਹੈ ਐਸਾ ਦਾਤਾ ਸਤਿਗੁਰ ਕਹੀਏ। ਤੇ ਸਾਨੂੰ ਮੈਂ ਪਹਿਲੇ ਕਿਹਾ ਕਿ ਐਸਾ ਦਾਤਾ ਇੱਕ ਹੈ ਸਭ ਤੋਂ ਦੇਵਨਹਾਰ, ਸਿੱਖ ਲਈ ਦੁੱਖ ਤੇ ਸੁੱਖ ਦੋਨੋਂ ਅਵਸਥਾ ਵਿੱਚ ਸਿੱਖ ਨੇ ਇੱਕ ਹੀ ਸਮਾਨ ਲੈਣਾ, ਠੀਕ ਹੈ ਜੀ, ਸਹਿ ਭੰਗ
एक ओंकार तो लैके गुरु प्रसाद की जिहड़ी तक की विधि है ना वह दुख तो लैके सुख तक भी है। ते नाल दे नाल असीं वेख सकते हैं कि सिख ने दोनों समय दोवां समय चाहे सुख होवे ते दुख होण उस समय उन्होंने जोड़ा सिख है जो कि गुरमत की लहणी अनुसार अपना जीवन जी रहा जां कोशिश कर रहा जीवन की उस समय उसने एक ही अवस्था दे विच रहना। अपनी आत्मा गुरु साहब नूं भेट करके गुरु साहब के चरणों के रख के सानूं अमृत की दात मिली। सब तो महंगी दात सानूं दुनिया के अमृत की दात है जिहड़ी अपना सीस देख के मिलती है जिहड़ी अपना शरीर देख के गुरु साहब नूं मिलती है अपनी आत्मा गुरु साहब नूं देख के मिलती है होर दुनिया दे विच इस तो महंगी चीज हो ही नहीं सकती। ते जिहड़ा सीस गुरु साहब नूं भेट हो गया होवे जिहड़ा सीस गुरु साहब दे चरणां दे विच होवे ओह जाके अग दे सामने जाके चुक रहा है मैनूं लगदा कि इस शर्मनाक गल साडे लई हो ही नहीं सकती। जिहड़ी तुसीं हुणे गल कीती ना कि दद्दा दाता एक है सब को देवनहार, हां सारिआं नूं देण वाला ओह अकाल पुरख है, उस अकाल पुरख तों इलावा आपां अपनी झोली किसे होर दे अगे नहीं फैलाउणी क्योंकि गुरु साहब ही सानूं गुरु दे दित्ते गए क्योंकि आपां पढ़दे हां मूल मंत्र दे विच गुरप्रसाद जो गुरुप्रसाद पढ़ते हैं तो गुरुप्रसाद उस गुरु दे ही ए तुर के दसे गए मार्ग के उत्ते तुर के आप उस अकाल पुरख तक पहुंच सकते हैं। तो होर किसी मार्ग तो तुम भावें होर कोई मार्ग भी चुन लो ना तुम उस अकाल पुरख तक पहुंच नहीं सकते। आत्मा ग्रंथ शरीर पंथ जो कि शरीर तौर उपर गुरु साहब ने जिहड़ी गुरती पंथ नूं दित्ती है कि तुसीं सोच विचार करके गुरमत दे सिधांतां नूं जिहड़ी आत्मा ग्रंथ दे विच है उस नूं उजागर करके पूरे धर्म नूं पूरे सिधांतां नूं उजागर करो ते अपनाओ उन्हां चीज़ां नूं। सो इह चीज़ां अज कल विचारन दी योग ने। बिल्कुल सही कर रहे वीर जी। उहदे विच इक होर चीज़ भी है कि जिहड़ा शरीर है ना इह शरीर खालसे दा जिहड़ा शरीर है उहदे विच आत्मा जिहड़ी है शब्द दी आत्मा है ठीक है आत्मा शब्द की है शरीर खालसे का है। हुण उहदे विच की हो रहा है कि जदों आपां तो बड़ी घाट इत्थे ये आ रही है कि आपां ने पहले भी गल कीती सी आपां इस चीज़ के बारे कि आपां गुरबाणी नूं आप ही नहीं विचार रहे आपां सिर्फ अखां बंद करके बह जांदे हां ते पाठ करदे हां पर उहदे विच सानूं इह चीज़ समझ नहीं आउंदी कि गुरबाणी सानूं सही ढंग दे विच कहना की चाहुंदी है। कई इहो जिहे भी चीज़ां ने जिहड़ी आपां गुरबाणी दे हिसाब नाल तां बिल्कुल ऑथेंटिक है ही नहीं पर आपां उस चीज़ नूं अपने कन्ने उत्ते लदी जा रहे हां अपने पंथ दी झोली दे विच पाई जा रहे हां। क्यों पाई जा रहे हां ਤੁਹਾਡੇ ਕੋਲ ਗੁਰਬਾਣੀ ਤੋਂ ਵੱਡੀ ਕਸਵੱਟੀ ਕੋਈ ਹੋ ਸਕਦੀ ਹੈ ਇਹ ਤੋਂ ਵੱਡੀ ਕਸਵੱਟੀ ਹੀ ਕੋਈ ਨਹੀਂ ਇਸ ਕਸਵੱਟੀ ਤੇ ਹਰ ਇੱਕ ਚੀਜ਼ ਨੂੰ ਤੋਲ ਕੇ ਵੇਖੋ ਨਾ। ਹਾਂਜੀ ਸੋ ਜੀ ਕੇਵਲ ਇਹ ਹੀ ਖਾਲੀ ਤਿਉਹਾਰ ਨਹੀਂ ਹੈ ਜੋ ਕਿ ਅਸੀਂ ਅਨਮਤੀਆਂ ਦਾ ਮਨਾ ਰਹੇ ਹਾਂ ਇਹੋ ਜਿਹੇ ਹੋਰ ਬਥੇਰੇ ਤਿਉਹਾਰ ਨੇ ਜੋ ਕਿ ਅਸੀਂ ਆਪਣਾ ਕਰਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਸਾਨੂੰ ਇਹ ਚੀਜ਼ਾਂ ਸਮਝਣ ਦੀ ਲੋੜ ਨੇ ਵਿਚਾਰਨ ਦੀ ਲੋੜ